ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਤੇ ਰਮਸੇ ਸਾਰਿਆਂ ਨੂੰ ਸੋ ਜਿਹੜੇ ਮੇਰੇ ਵੀਰਾਂ ਨੇ ਪਤੰਤੇ ਸੀ ਕਰ ਲਿਆ ਹੈ ਔਰ ਚਿਕੂਚੀ ਜਨਕੀ ਕਰਤਾ ਦੀ ਕੁਆਲੀਫਿਕੇਸ਼ਨੋ ਡੇਲ ਕੋਂਡੂਚੈਂਤੇ 파르ਤੇ ਕੋਮੂਨੇ ਔਰ 파르ਤੇ ਮਰਚੀ ਕਰਨਾ ਚਾਹੁੰਦੇ ਨੇ ਅੱਜ ਆਪਾਂ ਇੱਕ ਕੋਰਸ ਦੀ ਸ਼ੁਰੂਆਤ ਕਰਾਂਗੇ 파르ਤੇ ਕੋਮੂਨੇ ਤੋਂ ਸੋ ਕਲਾਸ ਸ਼ੁਰੂ ਕਰਨ ਤੋਂ ਪਹਿਲੇ ਤੁੜਨਾ ਲੈਸਨ ਸ਼ੁਰੂ ਕਰਨ ਤੋਂ ਪਹਿਲੇ ਮੈਂ ਦੱਸ ਦੇਣਾ ਚਾਹਨਾ ਕਿ ਜਿਹੜਾ 파르ਤੇ ਕੋਮੂਨੇ ਹੈ ਇਹ ਉਹਨਾਂ ਨੇ ਵੀ ਕਰਨਾ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਟਰੱਕ ਚਲਾਣੇ ਹਨ ਔਰ ਪਰ ਤੇ ਕਮੂਨੇ ਉਹਨਾਂ ਨੇ ਵੀ ਕਰਨਾ ਹੈ ਅਗਰ ਕਿਸੇ ਨੇ ਅੱਗੇ ਜਾ ਕੇ ਬੱਸ ਯਾਨੀ ਕਿ ਪਬਲਿਕ ਟਰਾਂਸਪੋਰਟ ਵਾਲੇ ਸਾਧਨ ਚਲਾਣੇ ਹਨ ਸੋ ਅਗਰ ਤੁਸੀਂ ਕਮੂਨੇ ਵਾਲਾ ਕੋਰਸ ਕਰ ਲੈਂਦੇ ਹੋ ਇਸ ਤੋਂ ਬਾਅਦ ਅਗਰ ਮਰਚੇ ਕਰਦੇ ਹੋ ਤਾਂ ਤੁਸੀਂ ਟਰੱਕ ਯਾਨੀ ਕਿ ਸਮਾਨ ਲੈ ਕੇ ਜਾਣ ਵਾਲੇ ਸਾਧਨ ਚਲਾ ਸਕਦੇ ਹੋ ਲੇਕਿਨ ਅਗਰ ਕਿਸ ਨੇ ਪਤੰਤੇ ਡੀ ਕੀਤਾ ਹੈ ਤਾਂ ਪਤੰਤੇ ਡੀ ਵਾਲਾ ਲਈ ਕਮੂਨੇ ਕਰਨਾ ਹੀ ਪੈਣਾ ਹੈ لیکن ਇਸ ਤੋਂ ਬਾਅਦ ਉਹਨਾਂ ਨੂੰ ਪਰਸੋਨੇ ਕਰਨਾ ਪਏਗਾ। ਸੋ ਜਿਹੜੇ ਮੇਰੇ ਵੀਰ ਲਾਈਵ ਕਲਾਸਾਂ ਨਹੀਂ ਲਗਾ ਸਕਦੇ तकरीबन ਜਿਹੜਾ ਪਤਾ ਇੰਤੇ ਚੀਕੂਚੀ ਕਰ ਰਿਹਾ ਹੈ ਉਹਦੇ ਕੋਲ ਆਲਰੇਡੀ ਕੋ ਅੱਛਾ ਕੰਮ ਹੋਏਗਾ ਜਾਂ ਕੰਮ ਕਰਦੇ ਹੋਣਗੇ। ਸੋ ਅਸੀਂ ਲਾਈਵ ਕਲਾਸਾਂ ਮੈਂ ਤੁਹਾਨੂੰ ਲਾਈਵ ਹੋ ਕੇ ਪੜ੍ਹਾ ਕੇ ਉਹ ਕਲਾਸ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਸੋ ਅਗਰ ਤੁਸੀਂ ਘਰ ਬੈਠ ਕੇ ਪੜ੍ਹਨਾ ਚਾਹੁੰਦੇ ਹੋ ਤਾਂ ਸਾਡੇ ਹਰੇਕ ਕਲਾਸ ਦੇ ਵੀਡੀਓ ਲੈਸਨ ਉਸ ਦੀ ਵੈਬਸਾਈਟ ਤੁਹਾਨੂੰ ਦਿੱਤੀ ਜਾਏਗੀ ਉਹਨੂੰ ਤੁਸੀਂ ਜਦੋਂ ਚਾਹਦੇ ਹੋ ਜਿੰਨੀ ਵਾਰੀ ਚਾਹਦੇ ਹੋ ਖੋਲ੍ਹ ਕੇ ਆਪਣੇ ਮੁਤਾਬਿਕ ਪੜ੍ਹ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਇੱਕ ਪੀਡੀਐਫ ਫਾਈਲ ਸਾਡੀ ਕਿਤਾਬ ਦੀ ਸੈਂਡ ਕੀਤੀ ਜਾਏਗੀ ਉਸ ਨੂੰ ਤੁਸੀਂ ਆਪਣੇ ਸਤੰਪਾ ਕਰਾ ਸਕਦੇ ਹੋ ਜਾਂ ਤੁਹਾਨੂੰ ਅਸੀਂ ਕੋਰੀਅਰ ਕਰ ਦੇਵਾਂਗੇ ਜ ਜਿੰਦੇ ਨਾਲ ਤੁਸੀਂ ਮੈਨੂੰ ਸੁਣ ਕੇ ਨਾਲ ਦੇ ਨਾਲ ਆਪਣੇ ਹੱਥਾਂ ਨਾਲ ਲਿਖ ਵੀ ਸਕਦੇ ਹੋ ਇਸ ਕੋਰਸ ਵਿੱਚ ਜਿਹੜਾ ਚੀਕੂਚੀ ਦੇ ਪਹਿਲੇ ਸਵਾਲ ਸੀ ਉਹ ਵੀ ਹਨ ਪਲੱਸ ਜਿਹੜੇ ਸਵਾਲ ਨਵੇਂ ਆਏ ਹਨ ਉਹਨਾਂ ਨੂੰ ਮੈਂ ਖਾਸ ਤੌਰ ਤੇ yellow ਯਾਨੀ ਕਿ ਪੀਲੇ ਰੰਗ ਨਾਲ ਮੈਂਸ਼ਨ ਕੀਤਾ ਹੈ ਕਿ ਇਹ ਸਵਾਲ ਪਹਿਲੇ ਨਹੀਂ ਸੀ ਹੁਣ ਨਵੇਂ ਆਏ ਹਨ ਸੋ ਇਸ ਕੋਰਸ ਦੌਰਾਨ ਇਸ ਵੀਡੀਓ ਲੈਸਨ ਦੌਰਾਨ ਅਗਰ ਤੁਹਾਨੂੰ ਪੀਲੇ yellow ਕਲਰ ਦੇ ਅੰਡਰਲਾਈਨ ਕੀਤੇ ਸਵਾਲ ਮਿਲਣਗੇ ਉਹ ਨਵੇਂ ਸਿਲੇਬਸ ਦੇ ਹਨ ਸੋ ਪੁਰਾਣਾ ਕੁਝ ਸਵਾਲ ਮੋਡੀਫਾਈ ਹੋਏ ਨੇ ਕੁਝ ਸਵਾਲ ਨਵੇਂ ਆਏ ਨੇ ਉਹ ਤੁਹਾਨੂੰ ਪੂਰੇ ਕੋਰਸ ਦੌਰਾਨ ਨਾਲ ਦੇ ਨਾਲ ਦੱਸੇ ਜਾਣਗੇ ਸੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਫੋਰਸ ਆਪਾਂ ਸ਼ੁਰੂ ਕਰਦੇ ਹਾਂ ਸਾਡਾ ਨੰਬਰ ਹੈ 32798 44435 ਤੇ ਅਗਰ ਤੁਸੀਂ ਵਧੇਰੀ ਜਾਣਕਾਰੀ ਲੈਣੀ ਆ ਤੇ ਲੈ ਸਕਦੇ ਹੋ ਸੋ ਅੱਜ ਦਾ ਮੇਰੀ ਜਿਹੜੀ ਇਹ ਕਲਾਸ ਹੈ ਇਹ ਮੈਂ ਸਮਝਾਣਾ ਚਾਹੁੰਦਾ ਕਿ ਜੋ ਇੰਜਨ ਹੁੰਦਾ ਹੈ ਇੱਕ ਗੱਡੀ ਦਾ ਇੱਕ ਟਰੱਕ ਦਾ ਜੋ ਇੰਜਨ ਹੁੰਦਾ ਹੈ ਇਹਦੇ ਅੰਦਰ ਹੀਟ ਪੈਦਾ ਹੁੰਦੀ ਹੈ ਸੋ ਹੀਟ ਪੈਦਾ ਹੋਣ ਨਾਲ ਹੁੰਦਾ ਆ ਕਿ ਜਿਹੜੀ ਹੀਟ ਪੈਦਾ ਹੁੰਦੀ ਹੈ ਉਹ ਫਿਰ ਗੱਡੀ ਨੂੰ ਮੂਵਮੈਂਟ ਕਰਨ ਵਿੱਚ ਗੱਡੀ ਨੂੰ ਚਲਾਉਣ ਵਿੱਚ ਮਦਦ ਕਰਦੀ ਹੈ ਸੋ ਅਗਰ ਆਪਾਂ ਗੱਲ ਕਰੀਏ ਇੱਕ ਕੰਬਸਟਿਓਨ ਇੰਟਰਨਲ ਕੰਬਸਟਿਓਨ ਇੰਟਰਨਲ ਦਾ ਮਤਲਬ ਹੁੰਦਾ ਹੈ ਕਿ ਜਿਨ੍ਹਾਂ ਦੇ ਅੰਦਰ ਹੀਟ ਪੈਦਾ ਹੋ ਕੇ ਇੰਜਨ ਕੰਮ ਕਰਦੇ ਹਨ ਉਹਨਾਂ ਨੂੰ ਕੰਬਸਟਿਓਨ ਇੰਟਰਨਲ ਕਿਹਾ ਜਾਂਦਾ ਹੈਗਾ ਯਾਰ ਸੋ ਇੰਜਨ ਵਿੱਚ ਸਰਨਾ ਵੱਧ ਜਿਹੜਾ ਇੰਪੋਰਟੈਂਟ ਪਾਰਟ ਹੈ ਉਹ ਹੈਗਾ ਯਾ ਪਿਸਟਨ ਤੇ ਮਨੋਵੈਲਾ ਸੁਜੈਨਾ ਪਟੈਂਟ ਤੇ ਸੀ ਕੀਤਾ ਹੈ ਤਕਰੀਬਨ ਉਹਨਾਂ ਨੂੰ ਇਸ ਦੇ ਕੱਲੇ ਕੱਲੇ 파ਟ ਦਾ ਆਪਾਂ ਪਹਿਲੇ ਸਮਝਾ ਚੁੱਕੇ ਹਾਂ ਕਿ ਕਿਹੜੇ ਵਾਲਵਲੇ ਹੁੰਦੇ ਨੇ ਕਿਹੜਾ ਪਿਸਟੋਨ ਹੁੰਦਾ ਹੈ ਕਿਹੜੀ ਬਰਾਚੂ ਹੁੰਦੀ ਹੈ ਸੋ ਅੱਜ ਮੈਂ ਤੁਹਾਨੂੰ ਮੜੀ ਜੀ ਨਿਗਾਹ ਹੋਰ ਮਰਵਾਣੀ ਚਾਹਾਂਗੇ ਨੋਪਰ ਸੋ ਇਹ ਹੈ ਪੂਰੇ ਦਾ ਪੂਰਾ ਪਿਸਟੋਨ ਤੇ ਜਿੰਦੇ ਨੀਚੇ ਬਰਾਚੂ ਯਾਨਕਿ ਜਿਹੜੀ ਬਾਜੂ ਲੱਗੀ ਹੈ ਜਿਹੜੀ ਉਸ ਨੂੰ ਉੱਪਰ ਨੂੰ ਪੇਜਦੀ ਹੈ ਸੋ ਇਸ ਨੂੰ ਕਹਿੰਦੇ ਨੇ ਪਿਸਤੋਨ ਇਹਨੂੰ ਕਹਿੰਦੇ ਨੇ ਓਕਿਓ ਕਿਉਂ ਮਤਲਬ ਜਿਹੜੀ ਅੱਖ ਜਿਹੜੀ ਇਹਦੇ ਅੰਦਰ ਜਾਂਦੀ ਹੈ ਤੇ ਉਹਦੇ ਉੱਪਰ ਇਸ ਪਿਨੋਤੋ ਉਹਦੇ ਉੱਪਰ ਡਾਲ ਕੇ ਉਹਨੂੰ ਕੱਸਿਆ ਜਾਂਦਾ ਹੈ ਇਹ ਹੁੰਦਾ ਹੈ ਆਸਤਾ ਆਸਤਾ ਮਤਲਬ ਜਿਹੜਾ ਇੱਕ ਵਿੱਚ ਕੀ ਕਹ ਲਓ ਉਹਦੀ ਹੱਡੀ ਲਾ ਲਓ ਉਹਦੀ ਸਟਿਕ ਲਾ ਲਓ ਤੇ ਨੀਚੇ ਹੁੰਦਾ ਹੈ ਬੀਲਾ ਇਹ ਹੁੰਦੀ ਹੈ ਬ੍ਰੌਂਜ਼ੀਨਾ ਜਿਹੜੀ ਉਸ ਦੇ ਅੰਦਰ ਹੁੰਦੀ ਹੈ ਔਰ ਇਹ ਤੈਸਤਾ ਕਨ ਕਾਪੇਲੋਟੋ ਇਹ ਹਨ ਉਸ ਪੂਰੇ ਦੇ ਪੂਰੇ ਪਿਸਟਨ ਯਾਨੀ ਕਿ ਪਿਸਟੋਨ ਦੇ ਮੇਨ ਪਾਰਟ ਦੇ ਹੁੰਦੇ ਉੱਪਰ ਵਾਲੇ ਜਿਹੜੇ ਮੇਨ ਹਨ ਉਹ ਕਹਿੰਦੇ ਨੇ ਅਨੈਲੀ ਇਲਾਸਟੀਚੀ ਇਹਨਾਂ ਜਿਹਨੂੰ ਆਪਾਂ ਪੰਜਾਬੀ ਚ ਵਾਛਲਾ ਟਾਈਪ کہہ ਸਕਦੇ ਹਾਂ ਇਹ ਬਹੁਤ ਇੰਪੋਰਟੈਂਟ ਹਨ ਕਿਉਂਕਿ ਅਗਰ ਇਹ ਕੱਸ ਜਾਣ ਅਗਰ ਇਹ ਖਰਾਬ ਹੋ ਜਾਣ ਤੇ ਜਿਹੜੀ ਤੇਲ ਦੀ ਲੀਕੇਜ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਔਰ ਗੱਡੀ ਜਿਹੜੀ ਹੈ ਉਹ ਧੂਆ ਮਾਰਨ ਲੱਗ ਜਾਂਦੀ ਹੈ ਸੋ ਇਹ ਸਾਰੇ ਹਿੱਸੇ ਅੰਦਰ ਨੇ ਉਹਨਾਂ ਗੱਡੀਆਂ ਦੇ ਜਿਨ੍ਹਾਂ ਦਾ ਕੰਬਸਟਿਓ ਨੇ ਇੰਟਰਨਲ ਯਾਨੀ ਕਿ ਮੋਟਰ ਐਂਡੋਥਰਮਿਕ ਹੁੰਦੀ ਹੈ ਸੋ ਜਦੋਂ ਇੱਕ ਗੱਡੀ ਆਪਾਂ ਸਟਾਰਟ ਕਰਦੇ ਹਾਂ ਤੇ ਉਹ ਆਪਣਾ ਕੰਮ ਕਰਦੀ ਹੈ ਯਾਨੀ ਕਿ ਤੇਲ ਨੂੰ ਲੈਂਦੀ ਹੈ ਔਰ ਉਸਨੇ ਇੱਕ ਹੀਟ ਦੇ ਅੰਦਰ ਉਸ ਨੂੰ ਇੱਕ ਬਹੁਤ ਜ਼ਿਆਦਾ ਅੰਦਰ ਗਰਮੀ ਹੁੰਦੀ ਉਸ ਨਾਲ ਉਸ ਨੂੰ ਉੱਪਰ ਨੂੰ ਭੇਜਿਆ ਜਾਂਦਾ ਹੈ ਜਦੋਂ ਉਹ ਇੱਕ ਹਾਈ ਪ੍ਰੈਸ਼ਰ ਨਾਲ ਉਸ ਨੂੰ ਉੱਪਰ ਨੂੰ ਭੇਜਦੀ ਹੈ ਕਿ ਉਹ ਬਹੁਤ ਜ਼ਿਆਦਾ ਅੰਦਰ ਗਰਮੀ ਹੋ ਜਾਂਦੀ ਹੈ ਔਰ ਉਸ ਗਰਮੀ ਦੇ ਨਾਲ ਅੰਦਰ ਅੱਗ ਲੱਗਦੀ ਹੈ ਔਰ ਉਸ ਅੱਗ ਲੱਗਣ ਦੇ ਨਾਲ ਜਿਹੜਾ ਪਿਸਟਨ ਹੈ ਅਪ ਡਾਊਨ ਕਰਦਾ ਹੈ ਔਰ ਗੱਡੀ ਸਾਡੀ ਮੂਵਮੈਂਟ ਕਰਦੀ ਹੈ ਲੇਕਿਨ ਇਹ ਸਭ ਦੇਖਣ ਤੋਂ ਬਾਅਦ ਅਸੀਂ ਮੇਨ ਪੁਆਇੰਟ ਤੇ ਪਹੁੰਚਦੇ ਹਾਂ ਕਿ ਮੇਨ ਜਿਹੜੇ ਕੂਰਵੇ ਹੁੰਦੇ ਨੇ ਕੂਰਵੇ ਮਤਲਬ ਜਿਹੜੀ ਅਪ ਡਾਊਨ ਅਪ ਡਾਊਨ ਹੁੰਦੀ ਹੈ ਇਹ ਇਹਨਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਤੋਂ ਸਰਨਾ ਪਹਿਲਾਂ ਮੈਂ ਗੱਲ ਕਰਾਂਗਾ ਪੋਟੈਂਸਾ। ਸੋ ਪੋਟੈਂਸਾ ਮਤਲਬ ਹੁੰਦੀ ਹੈ ਪਾਵਰ। ਸੋ ਮੈਂ ਕਈ ਵਾਰੀ ਗੱਲ ਕਰਦਾ ਹਾਂ ਆਪਣੇ ਨਾਲ ਦੇ ਹਨ ਵੀ ਕਈ ਵਾਰੀ ਆਪਾਂ ਗੱਡੀ ਚਲਾਣੇ ਹਾਂ ਮੇਰੀ 100 ਯੂਰੋ ਵਿੱਚ ਬਰੇਸ਼ਿਆ ਤੋਂ ਰੋਮਾ ਪਹੁੰਚਦੀ ਹੈ। ਤੇ ਕਈ ਵਾਰੀ ਮੇਰੀ 80 ਯੂਰੋ ਵਿੱਚ ਬਰੇਸ਼ਿਆ ਤੋਂ ਰੋਮਾ ਪਹੁੰਚ ਜਾਂਦੀ ਹੈ। ਇਹ ਸਭ ਡਿਪੈਂਡ ਕਰਦਾ ਹੈ ਕਿ ਤੁਸੀਂ ਸਫ਼ਰ ਦੌਰਾਨ ਕਿੰਨੀ ਰੇਸ ਦਿੱਤੀ ਹੀ ਕਿੰਨਾ ਗੇਅਰ ਪਾਇਆ ਸੀਗਾ ਔਰ ਕਿੰਨੀ ਉਸ ਦੀ ਗੇੜੀ ਕਮਾਈ ਹੈ ਸੋ ਇਹ ਹੈ ਪੋਟੈਂਸਾ ਇਨ ਕਿਲੋਵਾਟ ਮਤਲਬ ਪੋਟੈਂਸਾ ਵਾਲਾ ਜਿਹੜਾ ਕੂਰਵਾ ਹੈ ਇਹ ਉੱਪਰ ਨੂੰ ਜਾਂਦਾ ਹੈ ਉੱਪਰ ਨੂੰ ਜਾਂਦਾ ਹੈ ਲੇਕਿਨ ਇੰਦਾ ਇੱਕ ਲੈਵਲ ਹੈ ਉਸ ਲੈਵਲ ਤੇ ਪਹੁੰਚ ਕੇ ਫਿਰ نیچے ਨਵਾੜਾ ਸ਼ੁਰੂ ਹੋ ਜਾਂਦਾ ਹੈ ਇਹ ਹੁੰਦਾ ਕੋਪੀਆ ਮੋਤਰੀਚੇ ਕੋਪੀਆ ਮੋਤਰੀਚੇ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਇੱਕ ਆਲਬਰੋ ਮੋਟੋਰੇ ਹੈ ਜਿਹੜਾ ਪਿੱਛੇ ਤੁਹਾਨੂੰ ਮੈਂ ਦਿਖਾ ਕੇ ਹਟਿਆ ਆਲਬੇਰੋ ਮੋਟੋਰੇ ਵਿੱਚ ਜਿਹੜਾ ਪਿਸਤੋਨੇ ਹੈ ਯਾਨੀ ਕਿ ਪਿਸਟਨ ਹੈ ਉਹ ਘੁੰਮਦਾ ਹੈ ਘੁੰਮਦਾ ਹੈ ਮਨੋਵੈਲਾ ਦੇ ਮਨੋਵੈਲਾ ਦੇ ਮਦਦ ਨਾਲ ਉਹ ਸਾਰੇ ਦਾ ਸਾਰਾ ਅਪ ਡਾਊਨ ਅਪ ਡਾਊਨ ਹੁੰਦਾ ਹੈ ਉਹ ਕੋਪੀਆ ਮੋਤਰੀਚੇ ਵਿੱਚ ਕੈਲਕੂਲੇਟ ਕੀਤਾ ਜਾਂਦਾ ਹੈ ਤੇ ਤੀਜਾ ਸਾਡਾ ਆ ਗਿਆ ਕੰਜ਼ੂਮੀ ਕੰਜ਼ੂਮੀ ਮਤਲਬ ਜੋ ਸਾਡੀ ਗੱਡੀ ਕੰਜਪਸ਼ਨ ਕਰਦੀ ਹੈ ਤੇਲ ਖਾਂਦੀ ਹੈ ਕਿੰਨੇ ਕਿਲੋਮੀਟਰ ਕੱਢਨੇ ਹਨ ਵੀ ਕਦੋਂ ਤੇਲ ਗੱਡੀ ਜ਼ਿਆਦਾ ਖਾਂਦੀ ਹੈ ਤੇ ਕਦੋਂ ਤੇਲ ਗੱਡੀ ਘੱਟ ਖਾਂਦੀ ਹੈ ਡਿਪੈਂਡ ਕਰਦਾ ਹੈ ਕਿ ਤੁਸੀਂ ਗੱਡੀ ਦੀ ਰੇਸ ਦੇ ਰਹੇ ਹੋ ਔਰ ਗੇਅਰ ਕਿੰਨਾ ਹੈ ਕਈ ਵਾਰੀ ਅਸੀਂ ਦੂਜੇ ਗੇਅਰ ਵਿੱਚ ਪੂਰੀ ਰੇਸ ਦੇ ਦਿੰਨੇ ਹਾਂ ਤੇ ਗੱਡੀ ਉੰਨਾ ਜ਼ਿਆਦਾ ਜ਼ੋਰ ਲਾਉਂਦੀ ਹੈ ਉੰਨੇ ਜ਼ਿਆਦਾ ਹੁੰਦੇ ਜਿਹੜੇ ਜੀਰੀ ਨੇ ਗੇੜੇ ਨੇ ਵੱਧ ਹੁੰਦੇ ਨੇ ਸੋ ਅੱਜ ਦੇ ਇਸ ਟੌਪਿਕ ਵਿੱਚ ਆਪਾਂ ਗੱਲ ਕਰਾਂਗੇ ਵੀ ਕਾਪੀਆ ਮੋਤਰੀ 6 ਜਾਂ ਪੋਟੈਂਸਾ ਜਾਂ ਕੰਜ਼ੂਮੀ ਦੇ ਕੁਰਵੇ ਕਿੱਦਾਂ ਇਹ ਕੰਮ ਕਰਦੇ ਹਨ ਸੋ ਨਾਰਮਲੀ ਅਗਰ ਤੁਸੀਂ ਵਧੀਆ ਐਵਰੇਜ ਲੈਣੀ ਹੈ ਮਤਲਬ ਅਗਰ ਵਧੀਆ ਐਵਰੇਜ ਲੈਣੀ ਹੈ ਤਾਂ ਤੁਹਾਡਾ ਜਿਹੜਾ ਸਿਸਟਮ ਹੈ ਜੋ ਕੂਰਦੇ ਨੇ ਜਾਂ ਜਿਹੜੀ ਜੇਰੀ ਹਨ ਉਹ ਇਸ ਇਸ ਗ੍ਰਾਫਿਕ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਮਤਲਬ 1200 ਤੋਂ ਲੈ ਕੇ ਤਕਰੀਬਨ 1500 ਦੇ ਵਿੱਚ ਅਗਰ ਤੁਹਾਡੀ ਜੇਰੀ ਨੇ ਮਿਨੀਮਮ ਜਿਹੜੀ ਜੇਰੀ ਨੇ ਤੇ ਉਹ ਤੁਹਾਡੀ ਅਗਰ 1150 ਤੋਂ ਲੈ ਕੇ ਤਕਰੀਬਨ 1550 ਦੇ ਵਿੱਚ ਨਹੀਂ ਤਾਂ ਮਤਲਬ ਤੁਹਾਡੀ ਗੱਡੀ ਸਹੀ ਐਵਰੇਜ ਦੇ ਰਹੀ ਹੈ ਕਿਉਂਕਿ ਜਦੋਂ ਤੁਸੀਂ ਇਸ ਤੋਂ ਉੱਪਰ ਚਲੇ ਜਾਂਦੇ ਹੋ ਜਦ ਤੁਸੀਂ ਆਪਣੀ ਗੱਡੀ ਦੀ ਰੇਸ ਜ਼ਿਆਦਾ ਦੇ ਜਾਂਦੇ ਤਾਂ ਤੁਸੀਂ ਇਸ ਗ੍ਰਾਫ ਤੋਂ ਬਾਹਰ ਹੋ ਜਾਂਦੇ ਹੋ ਜਾਂ ਇਸ ਗ੍ਰਾਫ ਤੋਂ ਬਾਹਰ ਹੋ ਜਾਂਦੇ ਹੋ ਕਈ ਵਾਰੀ ਅਸੀਂ ਰੇਸ ਘਟ ਦਿੱਤੀ ਹੁੰਦੀ ਹੈ ਤੇ ਗੇਅਰ ਵੱਡਾ ਹੁੰਦਾ ਹੈ ਤਾਂ ਜੀਰੀ ਜਿਹੜੀ ਨੇ ਉਹ ਜਿਹੜੀ ਗੇੜੀ ਹੁੰਦੀ ਹੈ ਉਹ ਸਭ ਕੈਲਕੂਲੇਟ ਕੀਤੀ ਜਾਂਦੀ ਹੈ ਰੇਸ ਗੇਅਰ ਔਰ ਗੱਡੀ ਦੀ ਪਾਵਰ ਦੇ ਮੁਤਾਬਿਕ ਤੋਂ ਮੈਂ ਸਿਰਫ ਤੁਹਾਨੂੰ ਇਹ ਸਮਝਾਣਾ ਚਾਹੁੰਦਾ ਵਾਂ ਕਿ ਸਾਡਾ ਜਿਹੜਾ ਜੋ ਆਂਕੜਿਆਂ ਮੁਤਾਬਿਕ ਜੋ ਸਾਡਾ ਗ੍ਰਾਫ ਹੈ ਉਹ ਇਸ ਦੇ ਦਰਮਿਆਨ ਹੋਣਾ ਚਾਹੀਦਾ ਤਕਰੀਬਨ ਸਾਡੀ ਜਿਹੜੀ ਜੀਰੀ ਹੈ ਉਹ 1150 ਤੋਂ ਲੈ ਕੇ 1550 ਦੇ ਅੰਦਰ ਵਿੱਚ ਹੈ ਤਾਂ ਤੁਹਾਡੀ ਗੱਡੀ ਸਹੀ ਜਿਹੜੀ ਐਵਰੇਜ ਦੇਗੀ ਇਸ ਤੋਂ ਉੱਪਰ ਵੀ ਜਾ ਸਕਦੇ ਹੋ ਤੁਸੀਂ ਘੱਟ ਵੀ ਜਾ ਸਕਦੇ ਹੋ ਲੇਕਿਨ ਅਗਰ ਸਹੀ ਐਵਰੇਜ ਹੈ ਤਾਂ ਤੁਸੀਂ ਇਸ ਦੇ ਇਸ ਦੇ ਵਿੱਚ ਹੀ ਗੱਡੀ ਆਪਣੀ ਚਲਾਣੀ ਹੈਗੀ ਆ ਸੋ ਉਹੀ ਗੱਲ ਆ ਕਿ ਜਿਹੜੇ ਕੂਰਵੇ ਦੀ ਕਾਪੀ ਆ ਔਰ ਪੋਟੈਂਸਾ ਦੀ ਮੋਟੋਰੇ ਹੈ ਇਹ ਸਭ ਡਿਪੈਂਡ ਕਰਦਾ ਹੈ ਸਾਡੇ ਦੁਆਰਾ ਦਿੱਤੇ ਗਏ ਰੇਸ ਗੇਅਰ ਤੇ ਪਾਵਰ ਤੇ ਤੋਂ ਹੀ 1000 ਔਰ 1500 ਦੇ ਵਿੱਚ ਜਿਹੜੀ ਹੈ 1150 ਜਾਂ 1550 ਦੇ ਵਿੱਚ ਜਿਹੜੀ ਜਿਹੜੀ ਹੈ ਐਵਰੇਜ ਹੈ ਗੱਡੀ ਦੀ ਉਸ ਗੱਡੀ ਸਹੀ ਦਿੰਦੀ ਹੈ ਕੀ ਆ ਤੁਮੈਂ ਪਹਿਲਾ ਸਵਾਲ ਪੜਾਂਗਾ ਇਸ ਦਾ ਲਕੋਪੀਆ ਮੋਟ੍ਰੀਚੇ ਤਾਂ ਕੋਪੀਆ ਮੋਟ੍ਰੀਚੇ ਸੀਗਾ ਇਹ ਸੈਕਿੰਡ ਕੋਰਵਾ ਇਹ ਵਾਲਾ ਇਸ ਨੂੰ ਕਹਿੰਦੇ ਨੇ ਕੋਪੀਆ ਮੋਟ੍ਰੀਚੇ ਕੋਪੀਆ ਮੋਟ੍ਰੀਚੇ ਵਿੱਚ ਜਿਹੜਾ ਸਾਡਾ ਪਿਸਟਨ ਹੈ ਯਾਨੀ ਕਿ ਜਿਹੜਾ ਸਾਡਾ ਪਿਸਟਨ ਹੁੰਦਾ ਹੈ ਐ ਜਨਰੇਟਾ ਸੋ ਕੋਪੀਆ ਮੁਤਰੀਛੇ ਪੈਦਾ ਕੀਤੀ ਜਾਂਦੀ ਹੈ ਜਨਰੇਟਾ ਮਤਲਬ ਜਦੋਂ ਕੋਈ ਚੀਜ਼ ਪੈਦਾ ਹੋਵੇ ਦਾ ਲਾ ਫੋਰਸਾ ਫੋਰਸਾ ਮਤਲਬ ਜਿਹੜਾ ਜ਼ੋਰ ਲੱਗਦਾ ਹੈ ਕੋਨ ਲਾਕਵਾਲੇ ਜਿਸ ਨਾਲ ਇਲ ਪਿਸਤੋਨੇ ਸੋ ਜਿਹੜਾ ਪਿਸਟਨ ਹੈ ਮੇਤੇ ਇਨ ਰੋਟਾਜ਼ਿਓਨੇ ਸੋ ਜਿਹੜਾ ਪਿਸਟਨ ਹੈ ਮੇਤੇ ਮਤਲਬ ਕਰਦਾ ਹੈ ਇਨ ਰੋਟਾਜ਼ਿਓਨੇ ਸੋ ਕੁਮਾ ਦਿੰਦਾ ਹੈ ਰੋਟਾਜ਼ਿਓਨੇ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਇੰਜਨ ਦੀ ਗੱਲ ਕਰਦੇ ਹਾਂ ਤਿੰਨੇ ਦੇ ਅੰਦਰ ਜਿਹੜੇ ਪਿਸਟਨ ਨੇ ਉਹ ਕੰਮ ਕਰਦੇ ਹਨ ਯਾਨੀ ਕਿ ਘੁਮਾਉਂਦੇ ਹਨ ਮੈਂ ਤੁਹਾਨੂੰ ਤਸਵੀਰ ਦਿਖਾਣਾ ਦੇਖੋ ਸੋ ਪਿਸਟਨ ਜਿਹੜਾ ਅਪ ਡਾਊਨ ਅਪ ਡਾਊਨ ਅਪ ਡਾਊਨ ਕਰਦਾ ਹੈ ਤੋਂ ਮੇਤੇ ਇਨ ਰੋਟਾਜ਼ਿਓਨੇ ਉਹ ਉਸ ਨੂੰ ਘੁਮਾਉਂਦਾ ਹੈ ਲਾਲਬੈਰੋ ਮੋਟੋਰੇ ਲਾਲਬੈਰੋ ਮੋਟੋਰੇ ਮਤਲਬ ਹੈ ਪੂਰੇ ਦੇ ਪੂਰੇ ਨੀਚੇ ਵਾਲੀ ਜਿਹੜੀ ਰੋਡ ਹੁੰਦੀ ਹੈ ਉਸੇ ਆਲਬੈਰੋ ਮੋਟੋਰੇ ਕਿਹਾ ਜਾਂਦਾ ਹੈ ਆਹ ਵਾਲਾ ਆਲਬੈਰੋ ਮੋਟੋਰੇ ਤੋ ਆਲਬੇਰੋ ਮੋਟੋਰੇ ਨੂੰ ਕਮਾਇਆ ਜਾਂਦਾ ਹੈ ਅਤਰਾਵਰਸੋ ਅਤਰਾਵਰਸੋ ਮਤਲਬ ਦੁਆਰਾ ذریعے ਲਾ ਮਾਨੋਵੈਲਾ ਸੋ ਕਹਿੰਦਾ ਕੋਪੀਆ ਮੋਤਰੀਚੇ ਹੁੰਦਾ ਕੀ ਹੈ ਕੋਪੀਆ ਮੋਤਰੀਚੇ ਮਤਲਬ ਇਹ ਹੈ ਕਿ ਜਿਹੜਾ ਜਿਹੜਾ ਇੱਕ ਜੋਰ ਹੈ ਜੋ ਇੱਕ ਤਾਕਤ ਹੈ ਉਹ ਪੈਦਾ ਕੀਤੀ ਜਾਂਦੀ ਹੈ ਕੋਨ ਲਾਕਵਾਲੇ ਜਿਸ ਨਾਲ ਜਿਹੜਾ ਪਿਸਟਨ ਹੈ ਮੇਤੇ ਇਨ ਰੋਟਾਜ਼ਿਓਨ ਜੋ ਘੁਮਾਂਦਾ ਹੈ ਅਲਬੇਰੋ ਮੋਟੋਰੇ ਸੋ ਜਿਹੜਾ ਪਿਸਟਨ ਨੇ ਇਸ ਪੂਰੇ ਦੇ ਪੂਰੇ ਕੀ ਕਹਿੰਦੇ ਨੇ ਇੰਜਨ ਅੰਦਰ ਅਲਬੇਰੋ ਮੋਟੋਰੇ ਨੀਚੇ ਵਾਲੇ ਨੂੰ ਘੁਮਾਉਣਾ ਹੈ ਉਹ ਘੁਮਾਉਂਦਾ ਹੈ ਮਨੋਵੈਲਾ ਸੋ ਮਨੋਵੈਲਾ ਇੱਕ ਐਸਾ ਹਿੱਸਾ ਹੈ ਜਿਹੜਾ ਉਸ ਨੂੰ ਅਪ ਡਾਊਨ ਅਪ ਡਾਊਨ ਕਰਵਾਉਂਦਾ ਹੈਗਾ ਸੋ ਇਹ ਹੋ ਗਿਆ ਤੁਹਾਡਾ ਪਿਸਟੋਨੇ ਤੋਂ ਪਿਸਟੋਨੇ ਜਿਹੜਾ ਹੈ ਉਹ ਮਨੋਵੈਲਾ ਦੀ ਮਦਦ ਨਾਲ ਮੇਤੇ ਇਨ ਰੋਟਾਜ਼ਿਓਨੀ ਵੀ ਅਲਬੇਰੋ ਮੋਟੋਰੇ ਨੂੰ ਟਕ 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 ਕਰਕੇ ਘੁਮਾਉਂਦਾ ਹੈਗਾ ਉੱਥੇ ਸੋ ਇਹ ਚਾਰ ਫੇਸ ਹੁੰਦੇ ਨੇ ਕਦੋਂ ਉਸਨੇ ਤੇਲ ਰিসিਵ ਕਰਨਾ ਹੈ ਕਦੋਂ ਉਸ ਨੂੰ ਉੱਪਰ ਹਾਈ ਪ੍ਰੈਸ਼ਰ ਨਾਲ ਭੇਜਣਾ ਹੈ ਕਦੋਂ ਉਸਨੇ ਅੱਗ ਲਗਣੀ ਹੈ ਤੇ ਕਦੋਂ ਦੁਬਾਰਾ ਉਹ ਇੱਕ ਧੂਏ ਦੇ ਰੂਪ ਵਿੱਚ ਬਾਹਰ ਜਾਣਾ ਹੈ ਸੋ ਕੋਪੀਆ ਮੋਤਰੀਛੇ ਵਿੱਚ ਜਿਹੜਾ ਪਿਸਟਨ ਹੈ ਉਹ ਆਲਬੈਰੋ ਮੋਟਰੇ ਨੂੰ ਕਮਾਂਦਾ ਹੈ ਇਸ ਮਨੋਵੈਲਾ ਦੀ ਮਦਦ ਨਾਲ ਜੋ ਜਿਹੜੇ yellow color ਦੇ ਸਵਾਲ ਨੇ ਇਹ ਨਵੇਂ ਆਏ ਹਨ ਇਸ ਸਾਲ ਨਵੇਂ ਸਿਲੇਬਸ ਵਿੱਚ ਲਕੋਪੀਆ ਦੀ ਮੋਟੋਰੀ ਐਂਡੋਥਰਮਿਕੋ ਸੋ ਕੋਪੀਆ ਦੀ ਮੋਟੋਰੀ ਸੋ ਆਪਾਂ ਨਾਰਮਲੀ ਜਿਹੜਾ ਕੋਪੀਆ ਮ ਉਤਰੀਛੇ ਹੈ ਉਹ ਹਰ ਕਿਸਮ ਦੀ ਗੱਡੀ ਵਾਸਤੇ ਹੋ ਸਕਦਾ ਹੈ ਲੇਕਿਨ ਪ੍ਰੋਪਰ ਜਿਹੜਾ ਐਂਡੋਥਰਮਿਕੋ ਐਂਡੋਥਰਮਿਕੋ ਉਹ ਇੰਜਨ ਹੁੰਦਾ ਹੈ ਜਿਹੜਾ ਆਪਣੇ ਅੰਦਰ ਹੀਟ ਪੈਦਾ ਕਰਦਾ ਹੈ ਤੇ ਉਸ ਤੋਂ ਬਾਅਦ ਜਿੰਦੇ ਨਾਲ ਗੱਡੀ ਸਾਡੀ ਕੰਮ ਕਰਦੀ ਹੈ ਗੱਡੀ ਸਾਡੀ ਚੱਲਦੀ ਹੈਗੀ ਆ ਤੇ ਕੋਪੀਆ ਮੋਤਰੀ ਛੇ ਸੋ ਮਤਲਬ ਇਹ ਜਿਹੜੇ ਆਂਕੜੇ ਇਹ ਜਿਹੜੇ ਕੂਰਵੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਐ ਇਲ ਪ੍ਰੋਡੋਟੋ ਸੋ ਪ੍ਰੋਡੋਟੋ ਮਤਲਬ ਹੁੰਦਾ ਹੈ ਕਿ ਜਦੋਂ ਕਿਦੋਂ ਜਦੋਂ ਕਿਸੇ ਚੀਜ਼ ਨੂੰ ਕਿਸੇ ਦੂਜੇ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ ਗੁਣਾ ਕੀਤਾ ਜਾਂਦਾ ਹੈ ਮਤਲਬ ਕਹਿੰਦਾ ਮਤਲਬ ਇੱਕ ਨਿਚੋੜ ਹੈ ਸੋ ਕੋਪੀਆ ਮੋਤਰੀ ਛੇ ਦੀ ਐਂਡੋਥਰਮਿਕ ਸੋ ਜਿਹੜਾ ਇੰਜਨ ਹੀਟ ਪੈਦਾ ਕਰਦਾ ਹੈ ਜਿਹੜੀ ਉਹਦੀ ਕੋਪਿਆ ਮੁੱਤਰੀ ਚ ਹੈ ਉਹ ਇੱਕ ਐਸਾ ਪ੍ਰਦੋਤੋ ਹੈ ਇੱਕ ਐਸਾ ਇੱਕ ਐਸਾ ਨਿਚੋੜ ਕਹਿ ਲੋ ਤੁਸੀਂ ਹੈ ਨਿਚੋੜ ਦਾ ਮਤਲਬ ਇਹ ਹੈ ਕਿ ਇਹਨਾਂ ਆਪਸ ਵਿੱਚ ਇਹਨਾਂ ਨੂੰ ਗੁਣਾ ਕੀਤਾ ਜਾਂਦਾ ਹੈ ਸੋ ਗੁਣਾ ਕਰਨ ਨੂੰ ਕਹਿੰਦੇ ਨੇ ਇਲ ਪ੍ਰਦੋਤੋ ਮਤਲਬ ਇਹਨਾਂ ਨੂੰ ਮਲਟੀਪਲਾਈ ਕੀਤਾ ਜਾਂਦਾ ਹੈ ਮਲਟੀਪਲਾਈ ਕਰਨ ਦਾ ਮਤਲਬ ਜਿਵੇਂ ਜਿਹੜਾ ਪਿਸਟਨ ਹੈ ਜਿਹੜਾ ਪਿਸਟੋਨੇ ਹੈ ਇਹ ਮਨੁਵੇਲਾ ਦੇ ਜ਼ਰੀਏ ਕਿੰਨੇ ਵਾਰੀ ਉੱਪਰ-ਨੀਚੇ ਜਾਂਦਾ ਹੈ ਕਿੰਨੇ ਵਾਰੀ ਉਸ ਦੀ ਗੇੜੀ ਦਿੱਤੀ ਜਾਂਦੀ ਹੈ ਸਾਰੀ ਦੀ ਸਾਰੀ ਜਿਹੜੀ ਕੈਲਕੂਲੇਸ਼ਨ ਹੈ ਉਹ ਕਾਪੀਆ ਮੁਤ੍ਰੀਚੇ ਵਿੱਚ ਕੱਢੀ ਜਾਂਦੀ ਹੈ ਸੋ ਇਲ ਪ੍ਰੋਦੋਤੋ ਦਾ ਮਤਲਬ ਹੈ ਇੱਕ ਗੁਣਾ ਹੈ ਇਹ ਇੱਕ ਮਲਟੀਪਲਾਈ ਕੀਤਾ ਜਾਂਦਾ ਹੈ ਤਰਾ ਤਰਾ ਦਾ ਮਤਲਬ ਹੁੰਦਾ ਹੈ ਵਿਚਕਾਰ ਲਾ ਫੋਰਸਾ ਫੋਰਸਾ ਮਤਲਬ ਜਿਹੜਾ ਜ਼ੋਰ ਲੱਗਦਾ ਹੈ che spinge il pistone jo piston nu uppar nu bhejda hai spinge ka matlab hota hai kise nu thakka marna kise nu push karna so kenda matlab jehda copya di motore endothermic ik aise hi calculation hai ik aisa ik aise guna hai ਜੋ ਕੀਤੀ ਜਾਂਦੀ ਹੈ ਤਰਾ ਲਾ ਫੋਰਸਾ ਕੇ ਸਪਿੰਜੇ ਇਲ ਪਿਸਟੋਨੇ ਵੀ ਇੱਕ ਜੋਰ ਜਿਹੜਾ ਪਿਸਟਨ ਨੂੰ ਉੱਪਰ ਨੂੰ ਭੇਜੇ ਔਰ ਇਲ ਬਰਾਚੋ ਦੀ ਮਨਵੇਲਾ ਸੋ ਬਰਾਚੋ ਮਤਲਬ ਜਿਹੜੀ ਇਹ ਵਾਲੀ ਪੰਜਾਬੀ ਚ ਕਹ ਲਓ ਇਹ ਜਿਹੜੀ ਹੱਥੀ ਹੁੰਦੀ ਹੈ ਆਹ ਵਾਲੀ ਇਹਨਾਂ ਦੇ ਵਿਸ਼ਕਾਰ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਉਹ ਹੁੰਦੀ ਹੈ ਲਾ ਕੋਪੀਆ ਦੀ ਉਨ ਮੋਟੋਰੇ ਐਂਡੋਥਰਮਿਕੋ ਯਾਨੀ ਕਿ ਅਗਰ ਕਿਸੇ ਨੇ ਪ੍ਰੋਪਰ ਐਵਰੇਜ ਕੱਢਣੀ ਹੈ ਅਗਰ ਕਿਸੇ ਨੇ ਪ੍ਰੋਪਰ ਐਵਰੇਜ ਕਰਨੀ ਹੈ ਤੇ ਇਨਾ ਗੇੜਿਆਂ ਦੇ ਜ਼ਰੀਏ ਕੱਢੀ ਜਾਂਦੀ ਹੈ ਵੀ ਘੱਟ ਤੋਂ ਘੱਟ ਜੇਰੀ ਕਿੰਨੀ ਹੈ ਵੱਧ ਤੋਂ ਵੱਧ ਜੇਰੀ ਕਿੰਨੀ ਹੈ ਸੋ ਜਿਹੜੀ ਕੈਲਕੂਲੇਸ਼ਨ ਹੈ ਜੇਰੀ ਦੀ ਇਹ ਕੀਤੀ ਜਾਂਦੀ ਹੈ ਵੀ ਜਿਹੜਾ ਪਿਸਟੋਨ ਹੈ ਉਹ ਕਿੰਨੀ ਵਾਰੀ ਉੱਪਰ ਨੂੰ ਭੇਜਿਆ ਜਾਂਦਾ ਹੈ ਔਰ ਜਿਹੜੀ ਬ੍ਰਾਚੋ ਦੀ ਮੈਨੂਐਲਾ ਸੋ ਜਿਹੜੀ ਇਹ ਵਾਲੀ ਹੱਥੀ ਹੈ ਇਹ ਵਾਲੀ ਜਿਹੜੀ ਬਾਹ ਹੈ ਬਾਹ ਕਹ ਲੋ ਪੰਜਾਬੀ ਤੁਸੀਂ ਆਹ ਵਾਲੀ ਆ ਕਿੰਨੀ ਵਾਰੀ ਟਕ 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 ਕਰਕੇ ਉੱਪਰ-ਨੀਚੇ ਕਰਦੀ ਹੈ ਜੀ ਆ ਫੇਰ ਅਗਲਾ ਮੇਰਾ ਟੌਪਿਕ ਹੈ ਕੁਰਵੇ ਦੀ ਕੋਪੀਆ ਐ ਦੀ ਪੋਟੈਂਜ਼ਾ ਸੋ ਕੁਰਵੇ ਦੀ ਕੋਪੀਆ اور ਪੋਟੈਂਜ਼ਾ ਜਿੱਦਾਂ ਤੁਸੀਂ ਪਹਿਲੇ ਦੇਖਿਆ ਹਨ ਕਿ ਪਾਵਰ ਵਾਲਾ ਜਿਹੜਾ ਇੱਕ ਮੋੜ ਆਂਦਾ ਹੈ ਕਿੰਨੀ ਜਿਆਦਾ ਵੱਧ ਤੋਂ ਵੱਧ ਪਾਵਰ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਉਹ ਨੀਵੇਂ ਆਣਾ ਪੈਂਦਾ ਹੈ ਔਰ ਇੱਕ ਕੋਪੀਆ ਮੁਤਰੀ ਛੇ ਕੋਪੀਆ ਮੁਤਰੀ ਛੇ ਮਤਲਬ ਜਦੋਂ ਇੱਕ ਪਿਸਟਨ ਮਨੋਵੈਲਾ ਦੇ ਜ਼ਰੀਏ ਉੱਪਰ ਨੀਚੇ ਉੱਪਰ ਨੀਚੇ ਜਾਂਦਾ ਹੈ ਔਰ ਆਲਬਰੋ ਮੋਟੋਰੇ ਨੂੰ ਕਮਾਂਦਾ ਹੈ ਉਹਦੀ ਜਿਹੜੀ ਜੇਰੀ ਹੈ ਉਹਦੀ ਜਿਹੜੀ ਕੈਲਕੂਲੇਸ਼ਨ ਹੈ ਕਿਵੇਂ ਕੀਤੀ ਜਾਂਦੀ ਹੈ। ਤੋਂ ਇਸ ਪੈਰਾਗ੍ਰਾਫ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਉੱਪਰ ਵਾਲਾ ਸਵਾਲ ਹੈ। ਪਹਿਲਾ ਇਹ ਨਵਾਂ ਆਇਆ ਹੈ ਇਸ ਸਿਲੇਬਸ ਵਿੱਚ। ਸੋ ਇਸ ਕਰਕੇ ਪਹਿਲੇ ਹੀ ਉਸ ਨੂੰ ਮੈਂ ਤੁਹਾਨੂੰ ਜਲੋ ਕਰਕੇ ਪੀਲਾ ਕਰਕੇ ਦਿਖਾ ਰਿਹਾ। ਤੋਂ ਲੰਦਮੈਂਟੋ ਲੰਦਮੈਂਟੋ ਹੁੰਦਾ ਹੈ ਜਿਹੜਾ ਜਿਹੜੀ ਚਾਲ ਹੁੰਦੀ ਹੈ। ਦੇ ਲਕੁਰਵੇ ਦੀ ਕਪਿਆ ਐ ਦੀ ਪੋਟੈਂza ਸੋ ਮਤਲਬ ਜਿਹੜੀ ਪ੍ਰੋਪਰ ਚਾਲ ਹੈ ਇੱਕ ਕੁਰਵੇ ਦੀ ਕਪਿਆ ਔਰ ਪੋਟੈਂza ਇਹਨਾਂ ਦੋਨਾਂ ਦੀ ਜਿਹੜੀ ਚਾਲ ਮਤਲਬ ਹੁੰਦਾ ਵੀ ਉੱਪਰ نیچے ਉੱਪਰ نیچے ਜਾਣਾ ਲੰਡamento ਯਾਨਕੀ ਚਾਰ ਦਿਲ ਕੁਰਵੇ ਦੀ ਕੋਪੀਆ ਐ ਦੀ ਪੋਟੈਂਜ਼ਾ ਦੀ ਉਨ ਮੋਟੋਰੇ ਆ ਕੰਬਸਟਿਓਨੇ ਇਨਟਰਨਾ ਸੋ ਕੰਬਸਟਿਓਨੇ ਇਨਟਰਨਾ ਮਤਲਬ ਜਿਨ੍ਹਾਂ ਦੇ ਇੰਜਨ ਦੇ ਅੰਦਰ ਹੀਟ ਪੈਦਾ ਹੁੰਦੀ ਹੈ ਜਿੱਦਾਂ ਕਿ ਪੋਟੈਂਤੇ ਸੀ ਵਿੱਚ ਆਪਾਂ ਗੱਲ ਕੀਤੀ ਸੀ ਜਿਨ੍ਹਾਂ ਦੇ ਇੰਜਨ ਦੇ ਅੰਦਰ ਅੱਗ ਲੱਗਦੀ ਹੈ ਹੀਟ ਪੈਦਾ ਹੁੰਦੀ ਹੈ ਔਰ ਉਸ ਤੋਂ ਬਾਅਦ ਗੱਡੀ ਸਾਡੀ ਚੱਲਣਾ ਸ਼ੁਰੂ ਕਰਦੀ ਹੈ ਸੋ ਅਗਰ ਮੈਨੂੰ ਪੁੱਛਦਾ ਸਰ ਵੀ ਜਿਹੜੇ ਕੂਰਵੇ ਨੇ ਇਹ ਉੱਪਰ نیچے ਉੱਪਰ نیچے ਕਿਵੇਂ ਜਾਂਦੇ ਹਨ ਤਾਂ ਮੇਰਾ ਜਵਾਬ ਇਹ ਹੋਏਗਾ ਵੀ ਇਹ ਇਹ ਜਿਹੜੇ ਸਭ ਡਿਪੈਂਡ ਕਰਦੇ ਹਨ ਕਿ ਕਿੰਨੀ ਜ਼ਿਆਦਾ ਤੁਸੀਂ ਉਸ ਦੀ ਗੇੜੀ ਦਿੰਦੇ ਹੋ ਕਿੰਨਾ ਜ਼ਿਆਦਾ ਤੁਸੀਂ ਇੰਜਨ ਨੂੰ ਘੁਮਾਉਂਦੇ ਹੋ ਤਾਂ ਸਵਾਲ ਕਹਿ ਰਿਹਾ ਸੀਗਾ ਵੀ andamento delle curve di coppia ਵੀ ਕੋਪੀਆ ਵਾਲੇ ਕੂਰਵੇ ਇਹ ਦੀ ਪੋਟੈਂਜ਼ਾ ਔਰ ਜਿਹੜੇ ਪਾਵਰ ਵਾਲੇ ਕੂਰਵੇ ਨੇ ਦਿਓ ਮੋਟੋਰੇ ਆ ਕੰਬਸਟੀਓਨ ਇੰਟਰਨੋ ਤੋਂ ਕੰਬਸਟੀਓਨ ਇੰਟਰਨੋ ਮਤਲਬ ਜਿੰਨਾ ਇੰਜਨ ਅੰਦਰ ਹੀਟ ਪੈਦਾ ਹੁੰਦੀ ਹੈ ਇਹ ਇਹ ਲਗਾਤਾ ਤੋਂ ਇਹ ਲਗਾਤਾ ਲਗਾਤਾ ਜਿਹੜਾ ਹੈ ਇਹ ਇਸ ਵਕਤ ਮੈਂ ਕਹਾਂਗਾ ਵੀ ਉਹ ਡਿਪੈਂਡ ਕਰਦਾ ਹੈ ਅਸਲ ਚ ਲਗਾਤਾ ਦਾ ਸ਼ਬਦ ਦਾ ਮਤਲਬ ਹੁੰਦਾ ਜਦੋਂ ਇੱਕ ਚੀਜ਼ ਕਿਸੇ ਦੂਜੇ ਨਾਲ ਸੰਬੰਧ ਰੱਖਦੀ ਹੈ ਜੁੜੀ ਹੁੰਦੀ ਹੈ ਆਪਾਂ ਹੀ ਕਹਿੰਦੇ ਵੀ ਇਹ ਚੀਜ਼ ਉਹਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਆ ਹੋਇਆ ਹੈ ਤੋ ਲਗਾਤਾ ਦਾ ਮਤਲਬ ਹੁੰਦਾ ਵੀ ਇਸ ਟਾਈਮ ਇਹ ਨਿਰਭਰ ਕਰਦਾ ਹੈ ਇਸ ਟਾਈਮ ਇਹ ਡਿਪੈਂਡ ਕਰਦਾ ਹੈ ਜਿਹੜੀ ਕੁਰਵਿਆਂ ਦਾ ਉੱਪਰ نیچے ਜਾਣਾ ਇਹ ਡਿਪੈਂਡ ਕਰਦਾ ਹੈ ਅਲਨੂਮੇਰੋ ਦੀ ਜੀਰੀ ਦੇ ਮਤਲਬ ਕਿੰਨਾ ਜ਼ਿਆਦਾ ਇੰਜਨ ਗੇੜੀ ਕੱਟਦਾ ਹੈ ਮਤਲਬ ਕਿੰਨਾ ਜ਼ਿਆਦਾ ਇੰਜਨ ਘੁੰਮਦਾ ਹੈ ਇੰਜਨ ਦੁਆਰਾ ਪੈਦਾ ਕੀਤੀ ਗਈ ਜੀਰੀ ਤੇ ਮੇਨ ਡਿਪੈਂਡ ਕਰਦਾ ਹੈ ਜੀਰੀ ਜ਼ਿਆਦਾ ਹੋਣਗੇ ਜਾਂ ਜੀਰੀ ਘੱਟ ਹੋਣਗੇ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਹੈ ਇੱਕ ਕੂਰਵੇ ਕੰਮ ਕਰਦੇ ਹਾਂ। ਸੋ ਜਿੱਦਾਂ ਪਹਿਲੇ ਦੱਸਿਆ ਹੈ ਕਿ ਜਿਹੜੇ ਕੂਰਵੇ ਹਨ ਇਹਨਾਂ ਨੂੰ ਇਹਨਾਂ ਦਾ ਜਿਹੜਾ ਕੰਮ ਹੈ ਉਹ ਕਰਨ ਤੋਂ ਬਾਅਦ ਸਾਨੂੰ ਇੱਕ ਗੱਡੀ ਦੀ ਸਹੀ ਐਵਰੇਜ ਮਿਲਦੀ ਹੈ ਵੀ ਕੂਰਵੇ ਜਿਹੜੇ ਨੇ ਉਹ ਸਟੇਬਲ ਨੇ ਯਾਨਕਿ ਇੱਕ ਜਗ੍ਹਾ ਟਿਕੇ ਹੋਏ ਨਹੀਂ ਐ ਬਾਰ-ਬਾਰ ਉੱਪਰ-ਨੀਚੇ ਉੱਪਰ-ਨੀਚੇ ਜਾ ਰਹੇ ਹਨ। ਸੋ ਸਿਆਣੇ ਆਪਣੇ ਕਹਿੰਦੇ ਨਹੀਂ ਹੈਗੇ ਬੇ ਬਾਰ-ਬਾਰ ਗিয়ার ਪਾਓ ਜਾਂ ਕੱਢੋ ਨਾ ਇੱਕ ਵਾਰੀ ਗিয়ার ਪਾ ਕੇ ਉਸੇ ਸਪੀਡ ਤੇ ਸਾਨੂੰ ਗੱਡੀ ਚਲਾਣੀ ਚਾਹੀਦੀ ਹੈ। 베रो ਸਵਾਲ ਨੰਬਰ 2 ਲਾ ਕੁਰਵਾ ਦੀ ਕੋਪੀਆ ਦੀ ਮੋਟੋਰੇ ਐਂਡੋਥਰਮਿਕੋ। ਸੋ ਮੋਟੋਰੇ ਐਂਡੋਥਰਮਿਕੋ ਉਹ ਹੀ ਜਿੰਨਾ ਜਿਹੜੇ ਇੰਜਨ ਵਿੱਚ ਹੀਟ ਪੈਦਾ ਹੁੰਦੀ ਹੈ। ਔਰ ਹੀਟ ਪੈਦਾ ਹੋਣ ਤੋਂ ਬਾਅਦ ਗੱਡੀ ਕੰਮ ਕਰਨਾ ਸ਼ੁਰੂ ਕਰਦੀ ਹੈ। ਉਸ ਨੂੰ ਕਹਿੰਦੇ ਨੇ ਮੋਟੋਰੇ ਐਂਡੋਥਰਮਿਕੋ। ਸੋ ਕਹਿੰਦਾ ਜਿਹੜੀ ਕੂਰਵੇ ਹੀਟ ਵਾਲੇ ਇੰਜਨ ਦੇ ਜਿਹੜੇ ਕੂਰਵੇ ਹੁੰਦੇ ਨੇ ਆ ਵਾਲੇ ਦੇ ਸਕਰੀਵ ਹੈ ਦੇ ਸਕਰੀਵ ਮਤਲਬ ਹੈ ਦੱਸਦਾ ਹੈ ਇਹ ਲਿਖਦਾ ਹੈ ਇਲ ਵਲੋਰ ਵਲੋਰ ਮਤਲਬ ਹੁੰਦੀ ਹੈ ਵੈਲਿਊ ਆਪਣੀ ਕਹਿੰਦੇ ਕੀ ਵੈਲਿਊ ਹੈ ਉੱਪਰ نیچے ਜਾਂ ਥਲੂ ਪਰ ਨੂੰ ਜਾਣਦੀ ਸੋ ਜਿਹੜੀ ਇੱਕ ਵੈਲਿਊ ਦਿੱਤੀ ਜਾਂਦੀ ਹੈ ਦਿਲਕੋਪਿਆ ਤੋਂ ਮਤਲਬ ਜਿਹੜਾ ਕੂਰਵਾ ਹੈ ਇੱਕ ਇੰਜਣ ਜਿਹੜਾ ਹੀਟ ਪੈਦਾ ਕਰਦਾ ਹੈ ਇੱਕ ਐਸੀ ਵੈਲਿਊ ਸਾਨੂੰ ਦੱਸਦਾ ਹੈ ਦੈਲਾ ਕੋਪੀਆ ਅਲਵਰੀਆਰੇ ਜੋ ਚੇਂਜ ਹੁੰਦੀ ਰਹਿੰਦੀ ਹੈ ਜੋ ਬਦਲਦੀ ਰਹਿੰਦੀ ਹੈ ਦੈਲ ਨੁਮੇਰੋ ਡੀ ਜੀਰੀ ਨੁਮੇਰੋ ਡੀ ਜੀਰੀ ਮਤਲਬ ਜਿਹੜੇ ਇੰਜਣ ਦੇ ਜਿਹੜੇ ਗੇੜੇ ਹਨ ਜਿਹੜੇ ਮੋਟਰੇ ਦੀ ਜੀਰੀ ਹਨ ਉਹਦੇ ਹਿਸਾਬ ਨਾਲ ਇਹ ਬਦਲਦੀ ਰਹਿੰਦੀ ਹੈ ਤੇ ਉਸ ਦੀ ਵੈਲਿਊ ਸਾਨੂੰ ਇੱਕ ਕੂਰਵੇ ਦੱਸਦੇ ਹਨ ਕਿ ਇਸ ਵਕਤ ਅਗਰ ਮੈਂ ਉੱਪਰ ਹਾਂ ਜਾਂ ਮੈਂ ਨੀਚੇ ਹਾਂ ਜਾਂ ਫੇਰ ਉੱਪਰ ਹਾਂ ਸੋ ਇਹ ਕੂਰਵੇ ਮੇਨ ਤਾਂ ਬਣਾਏ ਗਏ ਹਨ ਜਾਂ ਤਾਂ ਸਾਨੂੰ ਦੱਸੇ ਗਏ ਹਨ ਕਿ ਇਹ ਸਾਨੂੰ ਇੱਕ ਵੈਲਿਊ ਕੈਲਕੂਲੇਸ਼ਨ ਕਰਕੇ ਦੱਸਦੇ ਹਨ ਜਿਹੜੀ ਵੈਲਿਊ ਫਿਕਸ ਨਹੀਂ ਹੈਗੀ ਇਹ ਵਰੀਆਰੇ ਇਹ ਬਦਲਦੀ ਰਹਿੰਦੀ ਹੈ ਮਤਲਬ ਇਹ ਨਹੀਂ ਗੱਡੀ ਸਟਾਰਟ ਕਰਤੀ ਤੇ ਉਹਨੇ ਸਾਰੀ ਗੱਡੀ ਨੇ ਸਾਰਾ ਰਸਤਾ ਮਤਲਬ ਸਿੱਧਾ ਹੀ ਜਾਣਾ ਹੈ ਨੋ ਜਿਹੜੀ ਗੱਡੀ ਹੈ ਇੰਜਨ ਸਟਾਰਟ ਹੋਣ ਤੋਂ ਬਾਅਦ ਉਸ ਦੀ ਜਿਹੜੀ ਮਤਲਬ ਜਦੋਂ ਇੱਕ ਵਾਰੀ ਚਾਬੀ ਤੁਸੀਂ ਘੁਮਾਤੀ ਉਸ ਤੋਂ ਬਾਅਦ ਤੇਲ ਦੀ ਜਿਹੜੀ ਖਪਤ ਹੈ ਤੇਲ ਗੱਡੀ ਨੇ ਖਾਣਾ ਸ਼ੁਰੂ ਕਰ ਦੇਣਾ ਹੈ ਔਰ ਉਸ ਉਦੋਂ ਤੱਕ ਜਦ ਤੱਕ ਤੁਸੀਂ ਗੱਡੀ ਬੰਦ ਨਹੀਂ ਕਰਦੇ ਇਹ ਵਰੀਆਰੇ ਬਦਲਦਾ ਰਹਿੰਦਾ ਹੈ ਉਹ ਕਈ ਵਾਰੀ ਆਪਾਂ ਲਾਗੇ ਜਾਣਾ ਹੁੰਦਾ ਹੈ ਤੇ ਪਿੰਡਾਂ ਵਿੱਚੋਂ ਛੋਟੇ ਰੋਡ ਲੈ ਲੈਣੇ ਆ ਠੀਕ ਹੈ ਤੇ ਗੱਡੀ ਤੇਲ ਜ਼ਿਆਦਾ ਖਾਂਦੀ ਕਿਉਂਕਿ ਬਾਰ-ਬਾਰ ਗੇਅਰ ਕੱਢੋ ਗੇਅਰ ਪਾਓ ਤਾਂ ਕਈ ਵਾਰ ਉਹਨੇ ਤੇਲ ਵਿੱਚ ਤੁਸੀਂ ਡਬਲ ਸਫਰ ਕੱਢ ਲੈਂਦੇ ਹੋ ਜਦੋਂ ਆਪਾਂ ਇੱਕ ਆਟੋਸ ਤਰ੍ਹਾਂ ਦਾ ਫੜਦੇ ਹਾਂ ਤੇ ਵਰ ਯਾਰ ਇਹ ਬਦਲਦੀ ਰਹਿੰਦੀ ਹੈ ਇਹ ਚੇਂਜ ਹੁੰਦੀ ਰਹਿੰਦੀ ਹੈ ਇਹ ਸਾਨੂੰ ਵੈਲਿਊ ਇੱਕ ਕਾਪੀਆ ਜਿਹੜੇ ਕੂਰਵੇ ਨੇ ਉਹ ਸਾਨੂੰ ਡਿਸਕ੍ਰਾਈਬ ਕਰਦੇ ਹਨ ਸਾਨੂੰ ਦੱਸਦੇ ਹਨ ਵਰ ਯਾਰ ਯਾਨੀ ਕਿ ਬਦਲਣਾ ਉਸ ਦਾ ਚੇਂਜ ਹੋਣਾ ਦੇਰੋ ਸਵਾਲ ਨੰਬਰ 3 ਕਹਿੰਦਾ ਹੈ ਇਲ ਰੈਂਡੀਮੈਂਟੋ ਓਟੀਮਾਲੇ ਸੋ ਰੈਂਡੀਮੈਂਟੋ ਦਾ ਮਤਲਬ ਹੁੰਦਾ ਐਵਰੇਜ ਆਪਣੇ ਕਹਿੰਦੇ ਯਾਰ ਮੇਰੀ ਗੱਡੀ ਸਹੀ ਐਵਰੇਜ ਨਹੀਂ ਦੇ ਰਹੀ ਮੇਰੀ ਮੇਰਾ ਟਰੱਕ ਜਾਂ ਮੇਰੀ ਮੋਟਰਸਾਈਕਲ ਸਹੀ ਐਵਰੇਜ ਤੋਂ ਰੈਂਡੀਮੈਂਟੋ ਦਾ ਮਤਲਬ ਹੁੰਦਾ ਜੋ ਐਵਰੇਜ ਓਟੀਮਾਲੇ ਅਗਰ ਤੁਸੀਂ ਵਧੀਆ ਇੱਕ ਅਗਰ ਤੁਸੀਂ ਅੱਛੀ ਐਵਰੇਜ ਲੈਣਾ ਚਾਹੁੰਦੇ ਹੋ ਦਿਲ ਮਤੋਰੇ ਸੋ ਇੱਕ ਇੰਜਨ ਦੁਆਰਾ ਸਹੀ ਐਵਰੇਜ ਦਾ ਲੈਣਾ ਇੰਜਨ ਦੁਆਰਾ ਸਹੀ ਐਵਰੇਜ ਦਾ ਲੈਣਾ ਸੀਹਾ ਇਨਕੋ ਰਿਸਪੋਂਡੈਂਸਾ ਉਹ ਉਸ ਦੇ ਉਸ ਦੇ ਮੁਤਾਬਿਕ ਹੁੰਦਾ ਹੈ ਦੀ ਨੂਮੇਰੋ ਦੀ ਜਿਰੀ ਹੁਣ ਮੈਂ ਤੁਹਾਨੂੰ ਇੱਕ ਪਹਿਲੇ ਫੋਟੋ ਦਿਖਾਣਾ ਉਸ ਤੋਂ ਬਾਅਦ ਆਪਾਂ ਇਹਦੀ ਗੱਲ ਕਰਦੇ ਹਾਂ ਆ ਦੇਖੋ ਸੋ ਨਾਰਮਲੀ ਕੀ ਹੁੰਦਾ ਕਿ ਜਿਹੜੇ ਕਾਪੀਆ ਮੈਕਸੀਮਾ ਔਰ ਪੋਟੈਂਸਾ ਮੈਕਸੀਮਾ ਇਹਨੋਂ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ ਸੋ ਕਾਪੀਆ ਮੈਕਸੀਮਾ ਔਰ ਪੋਟੈਂਸਾ ਮੈਕਸੀਮਾ ਮਤਲਬ ਵੱਧ ਤੋਂ ਵੱਧ ਪਾਵਰ ਤੁਸੀਂ ਇੱਕ ਸਹੀ ਐਵਰੇਜ ਲੈਣੀ ਹੈ ਨਾ ਜਿੱਦਾਂ ਇੱਕ ਇੱਕ ਤਸਵੀਰ ਤੁਹਾਡੇ ਲਈ ਮੈਂ ਹੋਰ ਤਿਆਰ ਕੀਤੀ ਆ ਦੇਖੋ ਸੋਕਰ ਤੁਸੀਂ ਬਿਲਕੁਲ ਸਹੀ ਐਵਰੇਜ ਲੈਣੀ ਹੈ ਤਾਂ ਤੁਹਾਡੀ ਜਿਹੜੀ ਜੀਰੀ ਹੈ ਉਹ ਤੁਹਾਡੀ ਤਕਰੀਬਨ 1150 ਤੋਂ 1500 ਦੇ ਮਤਲਬ ਦਰਮਿਆਨ ਹੋਣੀ ਚਾਹੀਦੀ ਹੈ ਲੇਕਿਨ ਇਸ ਨੂੰ ਹੋਰ ਜ਼ਿਆਦਾ ਡੂੰਘਾਈ ਵਿੱਚ ਸਮਝਾਉਣ ਲਈ ਮੈਂ ਤੁਹਾਨੂੰ ਇੱਕ ਗ੍ਰਾਫ ਦਿਖਾਣਾ ਅਗਰ ਤੁਹਾਡੀ ਪੋਟੈਂਸਾ ਮਕਸਿਮਾ 1800 ਤੇ ਹੈ ਤਾਂ ਤੁਹਾਡੀ ਜਿਹੜੀ ਨੀਚੇ ਜੀਰੀ ਹੈ ਉਹ 1800 ਹੋਏਗੀ ਤਾਂ ਪੋਟੈਂਸਾ ਤੁਹਾਡਾ ਮੈਕਸੀਮਾ ਹੋਏਗਾ ਮਤਲਬ ਅਗਰ ਗੱਡੀ ਦੀ ਪੂਰੀ ਪਾਵਰ ਦਾ ਇਸਤੇਮਾਲ ਕਰ ਰਹੇ ਹੋ ਤਾਂ ਤਕਰੀਬਨ ਜਿਹੜੀ ਨੂਮਰੋ ਦੀ ਜੇਰੀ ਹੈ ਉਹ 1800 ਹੋਏਗੀ ਤੋਂ 1800 ਤੇ ਅਗਰ ਤੁਸੀਂ ਜੇਰੀ ਤੇ ਆਪਣੇ ਆਪਣਾ ਵਹੀਕਲ ਚਲਾਉਂਦੇ ਹੋ ਤਾਂ ਤੁਹਾਨੂੰ ਕਦੇ ਵੀ ਸਹੀ ਐਵਰੇਜ ਨਹੀਂ ਮਿਲੇਗੀ ਸੋ ਆਪਾਂ ਕਦੇ ਵੀ ਪੋਟੈਂਸਾ ਮੈਕਸੀਮਾ ਤੇ ਨਹੀਂ ਜਾਣਾ ਜਦੋਂ ਆਪਾਂ ਨੂੰ ਗੱਲ ਕੀਤੀ ਜਾਣਾ ਵੀ ਸਹੀ ਐਵਰੇਜ ਲੈਣ ਦੀ ਤਸਾਂ ਨੂੰ ਇਹ ਦੇਖਣਾ ਚਾਹੀਦਾ ਕਿ ਕੋਪੀਆ ਮੈਕਸੀਮਾ ਕਿੰਨਾ ਹੈ ਕੋਪੀਆ ਮੈਕਸੀਮਾ ਦਾ ਮਤਲਬ ਇਹ ਹੈ ਕਿ ਪਾਵਰ ਔਰ ਰੇਸ ਔਰ ਤੁਹਾਡੀ ਜਿਹੜੀ ਗੱਡੀ ਚਲਾਉਣ ਦਾ ਤਰੀਕਾ ਜਿਹੜਾ ਹੈ ਉਹ ਇਸ ਬਿੰਦੂ ਤੇ ਹੈ ਇਸ ਪੁਆਇੰਟ ਤੇ ਹੈ ਕੋਪੀਆ ਮੈਕਸੀਮਾ ਹੋਣੀ ਚਾਹੀਦੀ ਹੈ ਜਿਵੇਂ ਕਿ 1200 ਲਗਾ ਲਓ 1300 ਲਗਾ ਲਓ ਤਾਂ ਜਾ ਕੇ ਸਾਨੂੰ ਜਿਹੜੀ ਹੈ ਸਹੀ ਐਵਰੇਜ ਮਿਲਦੀ ਹੈ ਸੋ ਦੋ ਆਪਸ਼ਨ ਹੁੰਦੇ ਨੇ ਕੋਪੀਆ ਮੈਕਸੀਮਾ ਤੁਹਾਨੂੰ ਦੱਸਿਆ ਕਿ ਉਦੋਂ ਨਿਕਲਦਾ ਹੈ ਜਦੋਂ ਇੱਕ ਇੰਜਨ ਸਹੀ ਗੇੜੀ ਹੋਵੇ ਸਹੀ ਜਿਊਰੀ ਪੈਦਾ ਕਰੇ ਉਹ ਹੁੰਦਾ ਹੈ ਕੋਪੀਆ ਮੈਕਸੀਮਾ ਪੋਟੈਂਸ ਮੈਕਸੀਮਾ ਹੁੰਦਾ ਜਿੱਦਾਂ ਫਰਾਰੀ ਗੱਡੀ ਲਗਾ ਲਓ ਉਹਨਾਂ ਚ ਪਾਵਰ ਬਹੁਤ ਜ਼ਿਆਦਾ ਹੈ ਲੇਕਿਨ ਉਹ ਐਵਰੇਜ ਨਹੀਂ ਦਿੰਦੀਆਂ ਸੋ ਕੋਪੀਆ ਮੈਕਸੀਮਾ ਤੇ ਅਗਰ ਤੁਸੀਂ ਹੋ ਤਾਂ ਤੁਹਾਡੀ ਗੱਡੀ ਦੀ ਸਹੀ ਐਵਰੇਜ ਹੋਏਗੀ ਸੋ ਦੋ ਅੰਕੜੇ ਨੇ ਪੋਟੈਂਸਾ ਮੈਕਸੀਮਾ ਯਾਨਕੀ ਜਿਆਦਾ ਤੋਂ ਜਿਆਦਾ ਪਾਵਰ ਲੇਕਿਨ ਉਹਦੇ ਨਾਲ ਤੁਹਾਡੀ ਜੀਰੀ ਵੱਧ ਜਣਗੀਆਂ ਮਤਲਬ ਗੇੜੇ ਵੱਧ ਜਾਣਗੇ ਲੇਕਿਨ ਕਾਪੀਆ ਮੈਕਸੀਮਾ ਤੇ ਤੁਹਾਡੀ ਜਿਹੜੀ ਗੱਡੀ ਹੈ ਉਹ ਨਾ ਤਾਂ ਘੱਟ ਤੋਂ ਘੱਟ ਗੇੜਾ ਹੋਏਗਾ ਔਰ ਨਾ ਵੱਧ ਤੋਂ ਵੱਧ ਗੇੜਾ ਹੋਏਗਾ ਮੈਂ ਤੁਹਾਨੂੰ ਇੱਕ ਇੱਕ ਹੋਰ ਐਗਜ਼ਾਮਪਲ ਦੇਣਾ ਚਾਹਨਾ ਅਗਰ ਤੁਹਾਡੀ ਕਾਪੀਆ ਮੈਕਸੀਮਾ ਇੱਥੇ ਹੈ ਤਾਂ ਤੁਹਾਡੀ ਜਿਹੜੀ ਜੀਰੀ ਹੈ ਉਹ ਸਹੀ ਚੰਤੂ ਹੈ ਮਤਲਬ 600 ਗੇੜੀ ਹੈ ਕਈ ਵਾਰੀ ਨੋਟ ਕਰਿਓ ਮੇਰੀ ਇਹ ਗੱਲ ਕਿ ਜਦ ਤੁਸੀਂ ਦੂਜੇ ਗੇਅਰ ਚ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਗੱਡੀ ਜ਼ੋਰ ਮੰਗ ਰਹੀ ਹੈ ਅਗਰ ਤੁਸੀਂ ਵੱਡਾ ਗੇਅਰ ਨਹੀਂ ਪਾਉਂਦੇ ਵੱਡੀ ਗੇੜੀ ਨਹੀਂ ਦਿੰਦੇ ਤਾਂ ਉਹਨੇ ਤੇਲ ਜ਼ਿਆਦਾ ਖਾਣਾ ਸ਼ੁਰੂ ਕਰ ਦੇਣਾ ਆ ਆਪਾਂ ਕਈ ਵਾਰੀ ਪਹਿਲੇ ਗੇਅਰ ਚ ਗੱਡੀ ਚਲਾਉਂਦੇ ਹਾਂ ਸਟਾਰਟ ਕਰਨ ਤੋਂ ਬਾਅਦ ਦੂਜੇ ਗੇਅਰ ਚ ਗੱਡੀ ਚਲਾਉਂਦੇ ਹਾਂ ਸਟਾਰਟ ਕਰਨ ਤੋਂ ਬਾਅਦ ਸੋ ਇੱਕ ਟਾਈਮ ਆਂਦਾ ਹੈ ਕਿ ਗੱਡੀ ਦੂਜੇ ਤੀਜੇ ਗੇਅਰ ਤੋਂ ਬਾਅਦ ਨਾ ਜ਼ੋਰ ਲਾਣਾ ਸ਼ੁਰੂ ਕਰ ਦਿੰਦੀ ਹੈ ਉਦੋਂ ਕੀ ਹੁੰਦਾ ਹੈ ਕਿ ਕਾਪੀਆ ਮਾਸਿਮਾ ਨੀਚੇ ਆ ਜਾਂਦਾ ਹੈ ਕਾਪੀਆ ਮਾਸਿਮਾ ਨੀਚੇ ਆ ਜਾਏਗਾ ਤੇ ਪੋਟੈਂਸਾ ਵੀ ਉਹਦੀ ਨੀਚੇ ਆ ਜਾਏਗੀ ਕਿਉਂਕਿ ਆਬਵੀਅਸ ਗੱਲ ਹੈ ਹਜੇ ਉਹ 19 ਪਾਵਰ ਨਹੀਂ ਪੈਦਾ ਕਰ ਰਹੀ ਸੋ ਹੁੰਦੇ ਨਾਲ ਜਿਹੜੀ ਜੀਰੀ ਹੈ ਉਹ ਵੀ ਘਟ ਜਾਂਦੀ ਹੈ ਸੋ ਇਸ ਕਰਕੇ ਜੋ ਮੈਧਿਆ ਹੈ ਜੋ ਕੈਲਕੂਲੇਸ਼ਨ ਲਗਾਈ ਗਈ ਹੈ ਉਹ ਹੈ ਕਿ ਜਦੂ ਤੁਹਾਡਾ ਕੋਪੀਆ ਮੈਕਸੀਮਾ ਮਤਲਬ ਇਸ ਤੋਂ ਉੱਪਰ ਨਾ ਜਾਏ ਇਸ ਤੋਂ ਉੱਪਰ ਕੋਪੀਆ ਮੈਕਸੀਮਾ ਜਾਂਦਾ ਵੀ ਨਹੀਂ ਹੈਗਾ ਇਹ ਇੰਨਾ ਰਹਿੰਦਾ ਹੈ ਕੋਪੀਆ ਮੈਕਸੀਮਾ ਤਕਰੀਬਨ ਇੰਨਾ ਸੋ ਉਦੋਂ ਤੁਹਾਡੀ ਜਿਹੜੀ ਹੈ ਜੇਰੀ ਵੀ ਪਰਫੈਕਟ ਹੁੰਦੀ ਹੈ ਔਰ ਤੁਹਾਡੀ ਗੱਡੀ ਵੀ ਸਹੀ ਐਵਰੇਜ ਦਿੰਦੀ ਹੈਗੀ ਆ ਤਾਂ ਸਵਾਲ ਵਿੱਚ ਇਹ ਕਿਹਾ ਗਿਆ ਸੀਗਾ ਕਿ ਅਗਰ ਤੁਸੀਂ ਸਹੀ ਐਵਰੇਜ ਲੈਣਾ ਚਾਹੁੰਦੇ ਹੋ ਸੀ ਹਾ ਇਨ ਕੋਰਿਸਪੋਂਡੈਂਸ ਇਹ ਉਹਦੇ ਨਜ਼ਦੀਕ ਇਹ ਜਾਂਦੇ ਕੋਲ ਜਾ ਕੇ ਮਿਲਦੀ ਹੈ ਦਿਓ ਨੂਮੇਰੋ ਦੀ ਜੀਰੀ ਜਦੋਂ ਜਿਹੜਾ ਗੇੜੀ ਹੈ ਜਿਹੜੀ ਜੀਰੀ ਹਨ ਵਿਚੀਨੋ ਨਜ਼ਦੀਕ ਹੋਵੇ ਅਕੁਐਲੋ ਦੇਲਾ ਕੋਪੀਆ ਮੈਕਸਿਮਾ ਸੋ ਦੋ ਸੈਂਟਰ ਬਿੰਦੂ ਹਨ ਜਦੋਂ ਗੇੜੀ ਇਨਾਂ ਪੁਆਇੰਟ ਦੇ ਨਜ਼ਦੀਕ ਹੋਣ ਮਤਲਬ ਇੰਦੇ ਨਜ਼ਦੀਕ ਇੰਦੇ ਨਜ਼ਦੀਕ ਥੋੜਾ ਪਿੱਛੇ ਲਗਾ ਲਓ ਜਾਂ ਥੋੜਾ ਅੱਗੇ ਲਗਾ ਲਓ ਜਦੋਂ ਸਾਡੀ ਜਿਹੜੀ ਗੱਡੀ ਦੀ ਜੇਰੀ ਕਾਪੀਆ ਮਾਸੀਮਾ ਦੇ ਨਜ਼ਦੀਕ ਹੋਏ ਉਦੋਂ ਸਾਨੂੰ ਇੱਕ ਸਹੀ ਐਵਰੇਜ ਦਿੱਤੀ ਜਾਂਦੀ ਹੈ ਬੈਰੋ 4 ਨੰਬਰ ਮਿਲ ਮਿਗਲਰ ਕੰਪਰੋਮੈਸੋ ਸੋ ਮਿਗਲਰ ਦਾ ਮਤਲਬ ਹੁੰਦਾ ਹੈ ਵਧੀਆ ਪਰ ਕੰਪਰੋਮੈਸੋ ਕਾ ਮਤਲਬ ਹੁੰਦਾ ਹੈ ਵੀ ਜਿੰਨੂੰ ਪੰਜਾਬੀ ਚ ਕਹ ਲੋ ਸੰਬੰਧ ਤਾਲਮੇਲ ਲਗਾ ਲਓ ਤਾਲਮੇਲ ਦਾ ਮਤਲਬ ਹੁੰਦਾ ਹੈ ਕਿ ਸਪੀਡ ਔਰ ਖਪਤ ਨੂੰ ਲੈ ਕੇ ਜੋ ਆਪਸੀ ਇਹਨਾਂ ਦਾ ਤਾਲਮੇਲ ਹੈ ਸੋ ਇਲ ਮਿਲੀਅਰ ਕੰਪਰੋਮਿਸੋ ਦੋਨਾਂ ਵਿਚਕਾਰ ਜਾਂ ਚਲੋ ਹਾਜੇ ਮੈਂ ਸਵਾਲ ਸ਼ੁਰੂ ਕਰਨਾ ਹੈ ਮੈਂ ਪਹਿਲੇ ਇਸ ਦਾ ਮਤਲਬ ਸਮਝਾ ਦਿੰਦਾ ਵੀ ਵਧੀਆ ਸੰਬੰਧ ਵਧੀਆ ਤਾਲਮੇਲ ਇੱਕ ਵਧੀਆ ਸੈਟਿੰਗ ਲਗਾ ਲਓ ਤਰ੍ਹਾਂ velocity speed بچਕਾਰ ਇਹ কনজুম ਉਹ ਦੀ কার্বوران ਤੇ اور ਜੋ પેટ્રોલ ਦੀ ਖਪਤ ਹੈ ਸੇ ਦੋ ਚੀਜ਼ਾਂ ਹਨ ਵੀ স্পੀਡ ਹੋਗੀ اور ਦੂਜਾ ਹੈ ਕਿ ਤੇਲ ਦੀ ਖਪਤ ਤੇਲ ਗੱਡੀ ਕਿੰਨਾ ਖਾਂਦੀ ਆ ਹੁਣ ਮੈਂ ਇਹ ਨਾ ਹੋਏ ਕਿ ਮੈਂ ਗੱਡੀ سپੀਡ ਤੇਜ਼ ਚਲਾਉਣਾ ਚਾਹਨਾ ਤੇ ਤੇਲ ਮੈਂ ਚਾਹਨਾ ਮੇਰਾ ਖਰਚਾ ਨਾ ਹੋਏ ਸੋ ਇਹਨਾਂ ਦੋਨਾਂ بچਕਾਰ ਜਿਹੜਾ ਵਧੀਆ ਤਾਲਮੇਲ ਹੈ ਵਧੀਆ ਜਿਹੜਾ ਕੋਮਪਰੋਮੈਸੋ ਇਨ ਵਿੱਚ ਵਧੀਆ ਜਿਹੜਾ ਸੰਬੰਧ ਹੈ ਸਿਹਾ ਇਹ ਉਦੋਂ ਹੁੰਦਾ ਹੈ ਇਨ ਕੋਰਿਸਪੋਂਡenza ਦੀ ਨੂਮੇਰੋ ਦੀ ਜਿਰੀ ਦਲ ਮੋਟੋਰੀ ਜਦੋਂ ਇੰਜਨ ਦੁਆਰਾ ਪੈਦਾ ਕੀਤਾ ਗਿਆ ਜਿਹੜੀ ਜਿਹੜੀ ਗੇੜੀ ਹੈ ਜਿਹੜੀ ਜੇਰੀ ਹਨ ਨੂਮੇਰੋ ਦੀ ਜਿਰੀ ਦਲ ਮੋਟੋਰੀ ਬੀ ਇੰਜਨ 600 ਤੋਂ ਲੈ ਕੇ 1800 ਤੱਕ ਜਿਹੜੀ ਜੇਰੀ ਹਨ ਆ ਕੰਬਸਟਿਓਨੇ ਇੰਟਰਨਾ ਤੋਂ ਕੰਬਸਟਿਓਨੇ ਇੰਟਰਨਾ ਮਤਲਬ ਜਿਨ੍ਹਾਂ ਗੱਡੀਆਂ ਦੇ ਇੰਜਨ ਦੇ ਅੰਦਰ ਹੀਟ ਪੈਦਾ ਹੋ ਕੇ ਗੱਡੀਆਂ ਚੱਲਦੀਆਂ ਹਨ ਵੀ ਚੀਨੋ ਜਦੋਂ ਉਹ ਨਜ਼ਦੀਕ ਹੋਵੇ ਜਦੋਂ ਉਹ ਕਰੀਬ ਹੋਵੇ ਕਿਸ ਦੇ ਦੇ ਲਾ ਕੋਪੀਆ ਮੈਕਸੀਮਾ ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੈ ਕਿ ਕੋਪੀਆ ਮੈਕਸੀਮਾ ਇੱਕ ਐਸਾ ਸੈਂਟਰ ਬਿੰਦੂ ਹੈ ਇੱਕ ਐਸਾ ਇੱਕ ਐਸਾ ਪੁਆਇੰਟ ਹੈ ਮੈਂ ਤੁਹਾਨੂੰ ਤਸਵੀਰ ਦਿਖਾਣਾ ਆ ਵਾਲੀ ਸੋ ਕੋਪੀਆ ਮਕਸੀਮਾ ਇੱਕ ਐਸਾ ਪੁਆਇੰਟ ਹੈ ਜਿਹੜਾ ਬਿਲਕੁਲ ਗੱਡੀ ਦੀ ਪਰਫੈਕਟ ਯਾਨੀ ਕਿ ਸਹੀ ਐਵਰੇਜ ਦਿੰਦਾ ਹੈ ਸੋ ਸਵਾਲ ਕਹਿ ਰਿਹਾ ਸੀਗਾ ਬੀ ਇਲ ਮਿਲੀਓਰ ਕੋਂਪਰੋਮਿਸੋ ਟ੍ਰਾਵੈਲਿਤਾ ਔਰ ਕੋਂਜ਼ੂਮੋ ਦੀ ਵੈਲੋਚਿਤਾ ਐ ਕੋਂਜ਼ੂਮੋ ਦੀ ਕਾਰਬੁਰਾਂਤੇ ਮਤਲਬ ਸਪੀਡ ਨੂੰ ਲੈ ਕੇ ਔਰ ਤੇਲ ਦੀ ਖਪਤ ਨੂੰ ਲੈ ਕੇ ਜਿਹੜਾ ਇੱਕ ਵਧੀਆ ਸਾਨੂੰ ਜਿਹੜੀ ਜਿਹੜਾ ਵਧੀਆ ਤਾਲਮੇਲ ਹੈ ਵਧੀਆ ਸੰਬੰਧ ਹੈ ਜਿਹੜਾ ਇਹ ਉਦੋਂ ਮਿਲਦਾ ਹੈ ਜਦੋਂ si ha corrispondenza di un numero di giri del motore ਸੋ ਜਦੋਂ ਆ ਇੰਜਨ ਦੀ ਜੇਰੀ ਜਿਹੜੀਆਂ ਨੀਚੇ ਮੈਂ ਲਿਖੀਆਂ ਹੋਈਆਂ ਨੇ vicino a nazdik hon alla coppia massima ਸੋ ਜਦੋਂ ਇੰਜਨ ਦੀ ਮੈਂ ਹੋਰ ਸੋਖਾ ਕਰਦੇ ਨਾ ਜਦੋਂ ਨਾਲ ਤੁਹਾਡਾ ਤੁਹਾਡੀ ਜੇਰੀ ਤਕਰੀਬਨ ਇੰਦੇ ਨਜ਼ਦੀਕ ਹੋਏ ਮੰਨ ਲਓ ਆ ਗ੍ਰਾਫ ਮੈਂ ਬਣਾਤਾ ਹਾਂ ਇੰਨਾ ਕੁ ਲਾ ਲੋ ਜਦੋਂ ਤੁਹਾਡੇ ਇੰਜਨ ਦੀ ਗੇੜੀ ਨੀਚੇ ਤਕਰੀਬਨ ਇਹਦੇ ਵਿੱਚ ਹੋਏ 11 1100 ਤੋਂ ਲੈ ਕੇ ਤਕਰੀਬਨ 14 1500 ਦੇ ਵਿੱਚ ਉਦੋਂ ਤੁਹਾਨੂੰ ਵਧੀਆ ਇੱਕ ਅੱਛੀ ਐਵਰੇਜ ਮਿਲਦੀ ਹੈਗੀ ਆ ਇਸਤੂ ਇਸਤੂ ਅੱਗੇ ਚਲੇ ਜਾਓਗੇ ਅਗਰ ਇਸਤੂ ਅੱਗੇ ਚਲੇ ਜਾਓਗੇ ਤਾਂ ਤੁਹਾਡੀ ਪਾਵਰ ਵੱਧ ਜੇਗੀ ਤਾਂ ਗੇੜੀ ਵੀ ਤੁਹਾਡੀ ਉਨੀ ਜ਼ਿਆਦਾ ਵੱਧ ਜੇਗੀ ਸੋ ਇਸ ਕਰਕੇ ਜੋ ਅੱਛੀ ਐਵਰੇਜ ਹੈ ਉਹ ਹਮੇ ਕੋਪੀਆ ਮਾਸੀਮਾ ਦੇ ਨਜ਼ਦੀਕ ਮਿਲਦੀ ਹੈਗੀ ਆ ਅ ਬੇਰੋ ਨੇਲੇ ਕੁਰਵੇ ਦੀ ਪੋਟenza ਐ ਦੀ ਕੋਪੀਆ ਤੋਂ ਕੁਰਵੇ ਮਤਲਬ ਜਿਹੜੇ ਮੈਂ ਤੁਹਾਨੂੰ ਇਹ ਮੋੜ ਪੰਜਾਬੀ ਚ ਕਹ ਲੋ ਦਿਖਾਏ ਹਨ ਜਿਹੜੇ ਉੱਪਰ ਨੀਚੇ ਉੱਪਰ ਨੀਚੇ ਜਾਂਦੇ ਹਨ ਸੋ ਇਹਦੇ ਚ ਆਪਾਂ ਕੰਜ਼ੂਮੀ ਦੀ ਗੱਲ ਨਹੀਂ ਕਰਦੇ ਆਪਾਂ ਗੱਲ ਕਰਦੇ ਹਾਂ ਪਾਵਰ ਦੀ ਔਰ ਜਿਹੜੀ ਇੱਕ ਸਹੀ ਐਵਰੇਜ ਮਿਲਦੀ ਹੈ ਕਾਪੀਆ ਮੋਤਰੀ ਚੇ ਵੀ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਸੁਵਾਲੇ ਕਹਿੰਦਾ ਹੈ ਕਿ ਜਿਹੜੇ ਇਹ ਮੋੜ ਹਨ ਉੱਪਰ-ਨੀਚੇ ਜਾਣ ਵਾਲੇ ਕਰਵ ਹਨ ਪੋਟੈਂਸਾ ਪਾਵਰ ਵਾਲੇ ਇੱਕੋਪੀਆ ਦੀ ਮੋਤੋਰੇ ਆ ਕੰਬਸਟਿਓਨੇ ਇੰਟਰਨਾ ਸੋ ਕੰਬਸਟਿਓਨੇ ਇੰਟਰਨਾ ਮਤਲਬ ਉਹ ਗੱਡੀਆਂ ਜਿਨ੍ਹਾਂ ਦੇ ਇੰਜਨ ਅੰਦਰ ਹੀਟ ਪੈਦਾ ਹੁੰਦੀ ਹੈ ਔਰ ਉਹ ਅੱਗ ਲੱਗ ਕੇ ਗੱਡੀ ਨੂੰ ਇਹ ਚੱਲਣ ਦਾ ਰੂਪ ਦਿੰਦੇ ਹਨ ਸੋ ਕਹਿੰਦਾ ਉਹਨਾਂ ਦੇ ਜਿਹੜੇ ਕੂਰਵੇ ਹਨ ਇਲ ਨੂਮੇਰੋ ਦੀ ਜਿਰੀ ਕੋਰਿਸਪੋਂਡੈਂਤੇ ਸੋ ਕੋਰਿਸਪੋਂਡੈਂਤੇ ਹੁੰਦਾ ਆ ਮੁਤਾਬਿਕ ਜਦੋਂ ਇੱਕ ਚੀਜ਼ ਕਿਸੇ ਦੇ ਅਨੁਸਾਰ ਕਿਸੇ ਦੇ ਮੁਤਾਬਿਕ ਹੋਵੇ ਅ ਲਾਕੋਪੀਆ ਮੈਕਸਿਮਾ ਐ ਇਨਫੇਰੀਓਰੇ ਅੱਤ ਕੋਲੋ ਦੇ ਲਾ ਕੋ ਪੋਤੈਂਜ਼ਾ ਮੈਕਸਿਮ ਸੋਨ ਤੇ ਆ ਨਾ ਪੱਲੇ ਮੈਂ ਤੁਹਾਨੂੰ ਗ੍ਰਾਫ ਸਮਝਾ ਦੇਣਾ ਤਾਂ ਕਿ ਆ ਜਿਹੜੇ ਕੋਰਵੇ ਮੈਂ ਤੁਹਾਨੂੰ ਹੁਣੇ-ਹੁਣੇ ਦਿਖਾਏ ਨੇ ਆ ਵਾਲੇ ਉੱਪਰ نیچے ਉੱਪਰ نیچے ਜਾਣਾ ਇਹਨਾਂ ਦਾ ਇੱਕ ਪੁਆਇੰਟ ਹੁੰਦਾ ਆ ਤਕਰੀਬਨ ਆ ਵਾਲਾ ਪੁਆਇੰਟ ਲਗਾ ਲਓ ਤੁਸੀਂ ਆ ਵਾਲਾ ਇਸ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਾਉਣ ਲਈ ਮੈਂ ਦੂਜੀ ਫੋਟੋ ਤੇ ਤੁਹਾਨੂੰ ਲੈ ਕੇ ਚੱਲਦਾ ਆਵਲੀ ਆ ਦੇਖੋ ਸੋ ਤਕਰੀਬਨ ਇੱਥੇ ਦੋ ਸੈਂਟਰ ਬਿੰਦੂ ਦੱਸੇ ਗਏ ਨੇ ਪੋਟੈਂਸਾ ਮੈਕਸੀਮਾ ਔਰ ਕੋਪੀਆ ਮੈਕਸੀਮਾ ਸੋ ਕਹਿੰਦਾ ਜਿਹੜੇ ਕੂਰਵੇ ਹਨ ਜਿਹੜੇ ਇਹ ਕਰਵ ਉੱਪਰ-ਨੀਚੇ ਜਾਂਦੇ ਹਨ ਜਿਹੜੀ ਕੋਪੀਆ ਮੈਕਸੀਮਾ ਦੇ ਜਿਹੜੇ ਕੂਰਵੇ ਹਨ ਮਤਲਬ ਜਿਹੜਾ ਇਹ ਕੋਪੀਆ ਮੈਕਸੀਮਾ ਇੱਥੋਂ ਸ਼ੁਰੂ ਹੁੰਦਾ ਹੈ ਤੇ ਇੱਥੇ ਖਤਮ ਹੁੰਦਾ ਹੈ ਕੋਪੀਆ ਮੈਕਸੀਮਾ ਕਦੇ ਵੀ ਪੋਟੈਂਸਾ ਨਾਲੋਂ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਸਵਾਲ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਕੋਰਵੇ ਹਨ ਕੋਪੀਆ ਮੈਕਸੀਮਾ ਦੇ ਮਤਲਬ ਜਿਹੜੀ ਇੰਦੀ ਗੇੜੀ ਹੈ ਉਹ ਪੋਟੈਂਸਾ ਮੈਕਸੀਮਾ ਤੋਂ ਇਨਫੀਰੀਅਰ ਉਹ ਘੱਟ ਹੁੰਦੇ ਹਨ ਸੋ ਜਦੋਂ ਤੁਸੀਂ ਮੈਂ ਐਗਜ਼ਾਮਪਲ ਦੇਣਾ ਅਗਰ ਤੁਹਾਡੀ ਗੱਡੀ ਦੀ ਸਪੀਡ ਮਤਲਬ ਆ ਇੱਕ ਸਹੀ ਐਵਰੇਜ ਦੇਣ ਵਾਲਾ ਮਤਲਬ ਸਿੱਧਾ 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 ਅੰਕੜਾ ਹੈ لیکن ਜਦੋਂ ਕੋਪੀਆ ਮੋਤਰੀਛੇ ਦਾ ਕੂਰਵਾ نیچے ਨੂੰ ਆਏਗਾ ਥੱਲੇ ਨੂੰ ਆਏਗਾ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਪੋਟੈਂਸਾ ਵੀ نیچے ਨੂੰ ਆਏਗੀ نو ਜਦੋਂ ਤੁਹਾਡਾ ਕੂਰਵਾ ਮਤਲਬ ਕੋਪੀਆ ਦਾ ਕੂਰਵਾ نیچے ਨੂੰ ਆਏਗਾ ਆਟੋਮੈਟਿਕ ਜਿਹੜੀ ਜੇਰੀ ਹੈ ਉਹ ਵੱਧ ਜਾਂਦੀਆਂ ਤੇ ਜਦੋਂ ਜੇਰੀ ਵੱਧ ਜਾਂਦੀਆਂ ਨੇ ਤੇ ਆਟੋਮੈਟਿਕ ਜਿਹੜੀ ਪੋਟੈਂਸਾ ਹੈ ਉਹ ਵੀ ਵੱਧ ਜਾਂਦੀ ਹੈ ਇਸ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕੋਪੀਆ ਹੈ ਉਹ ਪੋਟੈਂਸਾ ਮੈਕਸਿਮਲ ਨੂੰ ਇਨਫੀਰੀਅਰੇ ਘਾਤੀ ਹੁੰਦਾ ਹੈ ਕਿਉਂਕਿ ਪੋਟੈਂਸਾ ਇੱਕ ਵੱਧ ਤੋਂ ਵੱਧ ਇੰਦਾ ਇੱਕ ਸੈਂਟਰ ਬਿੰਦੂ ਹੁੰਦਾ ਹੈ ਇਸ ਤੋਂ ਉੱਪਰ ਜਾ ਕੇ ਇਹ ਰੁਕ ਜਾਂਦਾ ਹੈ ਮਤਲਬ ਇਹਦੀ ਨਾ ਜਿਹੜੀ 1800 ਵਾਲੀ ਜੇਰੀ ਹੈ 1800 ਜੇਰੀ ਤੋਂ ਬਾਅਦ ਇਹ ਰੁਕ ਜਾਂਦਾ ਹੈ ਔਰ نیچے ਆਣਾ ਸ਼ੁਰੂ ਹੋ ਜਾਂਦਾ ਹੈ ਜਿੱਦਾਂ ਤੁਸੀਂ ਆ ਦੇਖੋ ਇਸ ਗ੍ਰਾਫ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਵਰ ਜਿਹੜੀ ਹੈ ਕੋਈ ਵੀ ਤੁਹਾਨੂੰ ਪੁੱਛੇ ਜਿਹੜੀ ਪਾਵਰ ਹੈ ਪੋਟੈਂਸਾ ਹੈ ਜਿਹੜੀ ਇਹ ਮੰਨ ਲਓ ਐਗਜ਼ਾਮਪਲ ਤੌਰ ਤੇ ਮੈਂ 600 ਤੋਂ ਸ਼ੁਰੂ ਕੀਤੀ ਹੈ 600 ਤੋਂ ਚਲਦੀ 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 ਇੰਨੇ ਦਾ ਮਤਲਬ ਜਦੋਂ ਇਹ ਉੱਪਰ ਪਹੁੰਚ ਗਿਆ ਮਤਲਬ ਕਿਲੋਵੋਟ ਤਕਰੀਬਨ 480 460 ਤੇ ਪਹੁੰਚ ਗਿਆ ਜਿਹੜੀ ਕਿਲੋਵੋਟ ਹੈ ਤੇ ਇਸ ਦੀ ਜਿਹੜੀ ਉਸ ਵਕਤ ਜਿਹੜੀ ਜੇਰੀ ਹੁੰਦੀ ਹੈ ਉਹ ਹੁੰਦੀ ਆ ਮੈਕਸਿਮਮ ਜਿਹੜੀ ਜਿਹੜੀ ਆ 1800 ਹੁੰਦੀ ਹੈ 1800 ਤੋਂ ਬਾਅਦ ਕੀ ਹੁੰਦਾ ਕਿ ਆਟੋਮੈਟਿਕ ਇਸਨੇ نیچے ਆਣਾ ਸ਼ੁਰੂ ਹੋ ਜਾਣਾ ਫਿਰ ਇਹਦੀ ਪਾਵਰ ਜਿਹੜੀ ਹੈ ਉਹ ਘਟਨੀ ਸ਼ੁਰੂ ਹੋ ਜਾਂਦੀ ਆ ਪਾਵਰ ਘਟਦੀ ਹੈ ਲੇਕਿਨ ਜਿਹੜੀ ਜੇਰੀ ਹੈ ਉਹ ਵੱਧ ਜਾਂਦੀ ਹੈ ਨਹੀਂ ਕਿਉਂਕਿ ਇੰਜਨ ਆਪਣਾ ਪੂਰਾ ਜ਼ੋਰ ਲਗਾ ਲਿਆ ਹੈ ਉਸ ਤੋਂ ਬਾਅਦ ਉਹਨੇ نیچے ਆਣਾ ਸ਼ੁਰੂ ਹੋ ਜਾਂਦਾ ਆ ਜਿੱਦਾਂ ਫਰਾਰਰੀ ਦੂਜੇ ਤੀਜੇ ਗੇਅਰ ਚ ਪੂਰੀ ਪਾਵਰ ਲਾਂਦੀ ਹੈ ਤੋ ਜਿਹੜੀ ਜੀਰੀ ਹਨ ਉਹ ਵੱਧ ਤੋਂ ਵੱਧ 1800 ਤੱਕ ਪਹੁੰਚਦੀ ਹੈ ਉਸ ਤੋਂ ਬਾਅਦ ਫਿਰ ਨੀਚੇ ਨਵਣੀ ਸ਼ੁਰੂ ਹੋ ਜਾਂਦੀ ਹੈ। ਤੋ ਇਸੇ ਕਰਕੇ ਜਿਹੜਾ ਕੋਪੀਆ ਮੈਕਸੀਮਾ ਹੈ ਇਹ ਇਨਫੀਰੀਅਰ ਇੱਕ ਘੱਟ ਹੁੰਦਾ ਹੈ ਕੁੈਲੋ ਡੈਲਾ ਪੋਟenza ਮੈਕਸੀਮਾ ਵੈਰੋ। ਹੁਣ ਆਪਾਂ ਚੱਲਦੇ ਹਾਂ ਇਸ ਦੇ ਸੈਕੰਡ ਪੈਰਾਗ੍ਰਾਫ ਉੱਪਰ। ਅਲੋ। ਜਿੰਦੇ ਵਿੱਚ ਹੀ ਮੈਂ ਤੁਹਾਨੂੰ ਇਹ ਹੀ ਦੱਸਾਂਗਾ ਕਿ ਕੂਰਵੇਦੀ ਕਾਪੀਆ ਔਰ ਦੀ ਪੋਟenza ਕਿੱਦਾਂ ਕੰਮ ਕਰਦੇ ਹਨ ਯਾਨਕਿ ਜਿਹੜੇ ਉੱਪਰ-ਨੀਚੇ ਜਾਂਦੇ ਹਨ ਜੀਰੀ ਜਾਂ ਇਹਨਾਂ ਦੀ ਤੇਲ ਦੀ ਖਪਤ। ਤੋਂ ਸਵਾਲ ਨੰਬਰ ਇਹਦਾ ਇੱਕ ਕਹਿੰਦਾ ਹੈ ਕਿ ਨਿਲਾ ਕੂਰਵਾ ਦੀ ਕਾਪੀਆ ਦਿਲ ਨੂmero ਦੀ ਜੀਰੀ ਜਿਹੜਾ ਕੂਰਵਾ ਦੀ ਕਾਪੀਆ ਹੁੰਦਾ ਹੈ ਇਲ ਨੂਮੇਰੋ ਡੀ ਜਿਰੀ ਸੋ ਜਿਹੜੀ ਉਹਦੋਂ ਗੇੜੀ ਹੁੰਦੀ ਹੈ ਅ ਇੰਜਨ ਜਿਹੜਾ ਗੇੜਾ ਦਿੰਦਾ ਹੈ ਕੋਰਿਸਪੋਂਡੈਂਟੀ ਆਦੂੰ ਵਾਲੋਰੇ ਵਿਚੀਨੋ ਸੋ ਇਹ ਨਜ਼ਦੀਕ ਹੁੰਦੇ ਹਨ ਕੋਰਿਸਪੋਂਡੈਂਤੇ ਆਦੂੰ ਵਾਲੋਰੇ ਇੱਕ ਐਸੀ ਵੈਲਿਊ ਦੇ ਅਕੁੈਲੋ ਡੇਲਾ ਕੋਪੀਆ ਮੈਸਿਮਾ ਤੋ ਕਹਿੰਦਾ ਮਤਲਬ ਇਹ ਹੈ ਕਿ ਜਿਹੜੇ ਇਹ ਕੂਰਵੇ ਦਲਾ ਕੋਪੀਆ ਹੈ ਇਹਦੇ ਜਦੋਂ ਇੰਜਨ ਗੇੜੀ ਦਿੰਦਾ ਹੈ ਆ ਦੁਮ ਵਾਲੋਰੇ ਵਿਚੀਨੋ ਅ ਕਵੈਲੋ ਦੇਲਾ ਕੋਪੀਆ ਮੈਸਿਮਾ ਸੋ 2 ਪੁਆਇੰਟ ਸੀਗੇ 1 ਸੀਗਾ ਪੋਟੈਂਸਾ ਮੈਸਿਮਾ ਔਰ 1 ਸੀਗਾ ਕੋਪੀਆ ਮੈਸਿਮਾ ਕਿ ਉਸ ਦੇ ਨਜ਼ਦੀਕ ਹੁੰਦੇ ਹਨ ਕੋਇਨ ਚੀਦੇ ਕੋਇਨ ਚੀਦੇ ਕਾ ਮਤਲਬ ਹੁੰਦਾ ਹੈ ਸਹੀ ਮੇਲ ਖਾਣਾ ਜਦੋਂ ਇੱਕ ਚੀਜ਼ ਕਿਸੇ ਦੂਜੇ ਨਾਲ ਸਹੀ ਮੇਲ ਖਾਂਦੀ ਹੋਈ ਨਾ ਉਹਨੂੰ ਕਹਿੰਦੇ ਨੇ ਕੋਇੰਚੀਦੇ ਮਤਲਬ ਮੈਂ ਇੱਕ ਗੱਲ ਕਰ ਰਿਹਾ ਹਾਂ ਉਹ ਇੱਕ ਦੂਜੇ ਨਾਲ ਮੇਲ ਖਾ ਰਹੀ ਹੈ ਕਿ ਦੂਜੇ ਨਾਲ ਮਿਲ ਜੁਲ ਰਹੀ ਹੈ ਕੋਕੁੈਲੋ ਦੀ ਮੈਕਸੀਮੋ ਰੈਂਡਿਮੈਂਟੋ ਸੋ ਸਵਾਲ ਦੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਆਹ ਕੂਰਵੇ ਦੀ ਕਾਪੀਆਂ ਹੁੰਦੇ ਨੇ ਇਹਨਾਂ ਦੀ ਜਿਹੜੀ ਨੂਮੇਰੋ ਦੀ ਜੀਰੀ ਹੁੰਦੀ ਆ ਇਹ ਜਿੰਨੀ ਜ਼ਿਆਦਾ vicino a la copia massima so jinni zyada eh copia massima de nazdeek honge copia massima dobara das dena ki jinne zyada eh is center binu de nazdeek honge taqreeban la lo inna la lo tusi so kha samjhn le inna so jinne zyada is de nazdeek honge unni zyada unni zyada koi chi de matlab sahi ਮੇਲ ਖਾਣਗੇ ਕੁਨਕੁੈਲੋ ਦੀ ਮੈਕਸਿਮੋ ਰੈਂਡਿਮੈਂਟੂ ਵਾਦੋ ਤੋਂ ਵਾਦ ਸਹੀ ਐਵਰੇਜ ਦੀ ਸੋ ਜਿੰਨੇ ਜ਼ਿਆਦਾ ਉਸ ਦੇ ਆਪਾਂ ਨਜ਼ਦੀਕ ਰੱਖਾਂਗੇ ਨਾ 1100 ਤੋਂ ਲੈ ਕੇ ਤਕਰੀਬਨ 15 1500 ਜੀਰੀ ਦੇ ਉਨੀ ਜ਼ਿਆਦਾ ਮੈਕਸਿਮੋ ਰੈਂਡਿਮੈਂਟੂ ਗੱਡੀ ਤੁਹਾਡੀ ਸਹੀ ਐਵਰੇਜ ਦੇਗੀ ਏਰੋ ਇਨ ਮੋਟੋਰੇ ਐਂਡੋਟਰਮਿਕੋ ਸੋ ਇੱਕ ਇੰਜਨ ਜਿਹੜਾ ਹੀਟ ਪੈਦਾ ਕਰਦਾ ਹੈ ਔਰ ਹੀਟ ਪੈਦਾ ਹੋਣ ਤੋਂ ਬਾਅਦ ਮਤਲਬ ਉਹਦੇ ਅੰਦਰ ਅੱਗ ਲੱਗਦੀ ਹੈ ਔਰ ਉਹ ਕੰਮ ਕਰਦਾ ਹੈ। ਇਨ ਮੋਟੋਰੀ ਐਂਡੋਥਰਮਿਕੋ। ਲੰਦਮੈਂਟੋ ਡੇਲਾ ਕੁਰਵਾ ਦੀ ਕੋਪੀਆ। ਸੋ ਅੰਦਮੈਂਟੋ ਮਤਲਬ ਹੁੰਦਾ ਚਾਲ ਯਾਨੀ ਕਿ ਜਦੋਂ ਕੋਰਵਾ ਉੱਪਰ ਨੂੰ ਜਾਂਦਾ ਹੈ ਜਾਂ ਨੀਚੇ ਨੂੰ ਆਉਂਦਾ ਹੈ। ਤੋਂ ਲੰਦਮੈਂਟੋ ਡੇਲਾ ਕੁਰਵਾ ਦੀ ਕੋਪੀਆ। ਜਿਹੜੀ ਇਸ ਦੀ ਚਾਲ ਹੈ ਇਸ ਇਸ ਕੋਰਵੇ ਦੀ। al aumentare aumentare ਕਾ ਮਤਲਬ ਹੁੰਦਾ ਹੈ ਵੜਾਣਾ ਜਿਆਦਾ ਕਰਨਾ ਦੇ ਨੁਮਰੋ ਦੀ ਜੀਰੀ ਸੋ ਜਦੋਂ ਤੁਸੀਂ ਇਹਦੀ ਗੇੜੀ ਵਧਾ ਦੋਗੇ ਮਤਲਬ ਐਗਜ਼ਾਮਪਲ ਤੌਰ ਤੇ ਮੈਂ ਇੱਥੋਂ ਸ਼ੁਰੂ ਹੋਇਆ ਹਾਂ ਜੇ ਤੁਸੀਂ ਜੀਰੀ ਵਧਾ ਦੋਗੇ ਤਾਂ ਇਹ ਹੌਲੀ 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 ਉੱਪਰ ਨੂੰ ਜਾਣਾ ਸ਼ੁਰੂ ਕਰੇਗਾ ਹਨਾ ਦੇਖੋ ਉੱਪਰ ਨੂੰ ਜਾ ਰਿਹਾ ਨਾ ਕਿਉਂਕਿ ਥੱਲੋ ਜੀਰੀ ਵੀ ਵੱਧ ਰਹੇ ਹਨ ਸੋ ਕਹਿੰਦਾ ਅਲ ਆਉਮੈਂਟਾਰੇ ਦੈਲ ਨੂਮੇਰੋ ਦੀ ਜੀਰੀ ਸਜਦੂ ਤੁਸੀਂ ਇੰਦੀ ਗੇੜੀ ਵਧਾਂਦੇ ਹੋ ਨੀਚੇ ਜੀਰੀਆਂ ਵਧਾਂਦੇ ਹੋ ਇਹ ਦਾ ਪ੍ਰੀਮਾ ਪਹਿਲਾ ਕ੍ਰੇਸ਼ੈਂਤੇ ਇਹ ਉੱਪਰ ਨੂੰ ਜਾਏਗਾ ਸੋ ਆਬਵੀਅਸ ਗੱਲ ਆ ਏ ਕਾਲੀ ਲਾਈਨ ਪਹਿਲੇ ਉੱਪਰ ਨੂੰ ਜਾਂਦੀ ਹੈ ਜਾਂ ਤੁਸੀਂ ਆ ਫੋਟੋ ਦੇਖੋ ਇਹ ਬਲੂ ਲਾਈਨ ਪਹਿਲਾਂ ਇਹ ਇੱਥੋਂ ਸ਼ੁਰੂ ਹੋਈ ਆ ਤੇ ਇਹ ਉੱਪਰ ਨੂੰ ਗਈ ਹੈ ਸੋ ਦਾ ਪ੍ਰੀਮਾ ਪਹਿਲਾ ਕ੍ਰੀਸ਼ੈਂਟ ਉੱਪਰ ਨੂੰ ਜਾਂਦਾ ਹੈ ਰਜੁੰਜੇ ਪਹੁੰਚ ਜਾਂਦਾ ਹੈ ਓਮਵਲੋਰੇ ਮੈਕਸਿਮੋ ਤੋਂ ਇੰਡਿਕ ਮੈਕਸਿਮਮ ਆਂਕੜਾ ਜਿਹੜਾ ਹੈ ਉਹ ਇਹੀ ਹੈ ਇਸ ਤੋਂ ਵੱਧ ਕਦੇ ਵੀ ਕਾਪੀਆ ਇਸ ਤੋਂ ਉੱਪਰ ਨਹੀਂ ਜਾ ਸਕਦੀ ਮਤਲਬ ਇਹ ਕਦੇ ਨਹੀਂ ਹੋਏਗਾ ਕਿ ਤੁਸੀਂ ਇੱਥੋਂ ਸ਼ੁਰੂ ਹੋਏ ਔਰ ਤੇ ਕਾਪੀਆ ਤੁਹਾਡੀ ਇੱਥੋਂ ਪਹੁੰਚ ਕੇ نیچے ਆ ਰਹੀ ਇਹਨਾਂ ਦੋਨਾਂ ਦੇ ਕਾ ਆਂਕੜੇ ਫਿਕਸ ਹੁੰਦੇ ਨੇ ਕਿ 1200 ਜਦੋਂ ਜੀਰੀ ਤੇ ਪਹੁੰਚ ਜਾਂਦਾ ਹੈ ਨਾ ਕਾਪੀਆ ਉਸ ਤੋਂ ਬਾਅਦ ਇਹ ਇਹਦਾ ਮੈਕਸਿਮਮ ਲੈਵਲ ਹੈ ਇਸ ਤੋਂ ਉੱਪਰ ਕਦੇ ਨਹੀਂ ਜਾ ਸਕਦਾ ਹੈ ਸੋ ਕਹਿੰਦਾ ਰਜੁੰਜੇ ਜਦੋਂ ਇਹ ਪਹੁੰਚ ਜਾਂਦਾ ਹੈ ਓਮਵਲੋ ਰੇ ਮਾਸੇਮ ਇੱਕ ਬਦ ਤੋਂ ਬਦ ਮੈਕਸਿਮਮ ਲੈਵਲ ਜੋ ਮੈਂ ਤੁਹਾਨੂੰ ਪੁਆਇੰਟ ਦਿਖਾ ਰਿਹਾ ਇੱਥੇ ਇਸ ਜਗ੍ਹਾ ਤੇ ਪੁਆਇੰਟ ਤੁਸੀਂ ਆਹ ਵਾਲਾ ਲਾ ਲਓ ਜਦੋਂ ਇਹ ਇੱਥੇ ਪਹੁੰਚ ਜਾਂਦਾ ਹੈ ਏ ਪੋਈ ਡਿਕ੍ਰੀਸੇ ਡਿਕ੍ਰੀਸੇ ਕਾ ਮਤਲਬ ਹੁੰਦਾ ਹੈ ਫਿਰ ਉਹ ਨੀਚੇ ਆਂਦਾ ਹੈ ਸੋ ਲਿਖ ਲਓ ਕ੍ਰੀਸ਼ਨ ਤੇ ਕਾ ਮਤਲਬ ਹੁੰਦਾ ਹੈ ਉੱਪਰ ਨੂੰ ਜਾਣਾ ਡੇ ਕ੍ਰੀਸ਼ਨ ਤੇ ਜਾਂ ਡੇ ਕ੍ਰੇਸ਼ੇ ਕਾ ਮਤਲਬ ਜਦੋਂ ਨੀਚੇ ਨੂੰ ਆਂਦਾ ਹੈ ਸੋ ਜਿਹੜੇ ਕੂਰਵੇ ਨੇ ਜਿੱਦਾਂ ਜਿੱਦਾਂ ਜੀਰੀ ਆਉਮੈਂਟਾਰੇ ਵੱਢਦੀ ਜਾਏਗੀ 600 700 800 900 1100 1200 ਫਿਰ ਇੰਨੇ ਡਿਕ੍ਰੀਸ਼ੇ ਨੀਚੇ ਆਣਾ ਸ਼ੁਰੂ ਹੋ ਜਾਣਾ ਹੈ ਇਸ ਕਰਕੇ ਇਸ ਗੱਲ ਦਾ ਆਪਾਂ ਖਿਆਲ ਰੱਖਣਾ ਹੈ ਕਿ ਇਹ ਦੋ ਪੁਆਇੰਟ ਹੈ ਇਹ ਮੈਕਸਿਮਮ ਜੀਰੀ ਹੈ ਕਾਪੀਆ ਦੀ ਇਸ ਤੋਂ ਉੱਪਰ ਕਦੇ ਵੀ ਨਹੀਂ ਜਾ ਸਕਦੀ ਉਸ ਤੋਂ ਬਾਅਦ ਇਹ ਨੂੰ نیچے ਆਣਾ ਪੈਂਦਾ ਹੈ ਔਰ ਇਹ ਮੈਕਸਿਮਮ ਪੁਆਇੰਟ ਹੈ ਪੋਟੈਂਸਾ ਦਾ ਪਾਵਰ ਇਸ ਤੋਂ ਜ਼ਿਆਦਾ ਕਦੇ ਨਹੀਂ ਹੁੰਦੀ ਇਸ ਤੋਂ ਬਾਅਦ ਪਾਵਰ ਉੱਕੜਨਾ ਸ਼ੁਰੂ ਹੋ ਜਾਂਦਾ ਹੈ ਔਰ ਜੀਰੀ ਜਿਹੜੇ ਉਹ ਵਧਨੇ ਸ਼ੁਰੂ ਹੋ ਜਾਂਦੇ ਨੇ ਸੋ ਮੈਕਸਿਮਮ ਜੋ ਸੈਂਟਰ ਬਿੰਦੂ ਆਂਕੜੇ ਦੇ ਮੁਤਾਬਿਕ ਨਿਕਾਲਿਆ ਗਿਆ ਹੈ ਕਿ ਅਗਰ ਤੁਸੀਂ ਸਹੀ ਐਵਰੇਜ ਲੈਣੀ ਹੈ ਤਾਂ ਤੁਹਾਡੀ ਜੀਰੀ ਜਿਹੜੀ ਹੈ ਉਹ ਕਾਪੀਆ ਮੈਕਸਿਮਾ ਯਾਨੀ ਕਿ 1200 ਦੇ ਏਰ ਦੇ ਗਿਰਦ ਹੋਣੀ ਚਾਹੀਦੀ ਹੈ ਔਰ ਜਿਹੜੀ ਪਾਵਰ ਹੈ ਉਹ 1800 ਤੋਂ ਉੱਪਰ ਨਹੀਂ ਜਾਂਦੀ ਉਸ ਤੋਂ نیچے ਆਣੀ ਸ਼ੁਰੂ ਹੋ ਜਾਂਦੀ ਹੈ ਤੋ ਇਸ ਕਰਕੇ ਆ ਅੰਦਮੈਂਟੋ ਦੇ ਲਕੁਰਵਾ ਦੀ ਕੋਪੀ ਤੋਂ ਜਦੋਂ ਆਉਮੈਂਟਾਰੇ ਜਦੋਂ ਗੇੜੀ ਵੱਧਦੀ ਹੈ ਤੋਂ ਪਹਿਲੇ ਕ੍ਰੇਸ਼ੇ ਉੱਪਰੋਂ ਜਾਂਦਾ ਹੈ ਇੱਕ ਵੱਧ ਤੋਂ ਵੱਧ ਲੈਵਲ ਤੇ ਪਹੁੰਚ ਕੇ ਦੇ ਕ੍ਰੇਸ਼ੇ ਫਿਰ نیچے ਨੂੰ ਆਣਾ ਸ਼ੁਰੂ ਹੋ ਜਾਂਦਾ ਹੈ ਫਿਰ ਸਵਾਲ ਨੰਬਰ 3 ਕਰਦੇ ਹਾਂ ਇਲਫੁਨਸਿਨਾਮੈਂਟੋ ਚੱਲਣਾ ਕੰਮ ਕਰਨਾ ਦੇ ਮੋਟੋਰੀ ਸੋ ਇੰਜਨਾਂ ਇੰਜਨ ਦਾ ਕੰਮ ਕਰਨਾ ਇੰਜਨ ਕਿਵੇਂ ਕੰਮ ਕਰਦੇ ਹਨ ਐ ਦਿਸਕਰੀ ਡਿਸਕਰੀਬੀਲ ਡਿਸਕਰੀਬੀਬਲ ਕਾ ਮਤਲਬ ਹੁੰਦਾ ਹੈ ਉਹਨੂੰ ਬਿਆਨ ਕੀਤਾ ਜਾਂਦਾ ਹੈ ਉਹਨੂੰ ਲਿਖਿਆ ਜਾਂਦਾ ਹੈ ਜਾਂ ਉਹਨੂੰ ਦੱਸਿਆ ਜਾਂਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਡਿਸਕ੍ਰਾਈਬ ਕਰਦੇ ਹਾਂ ਉਸ ਨੂੰ ਬਿਆਨ ਕਰਦੇ ਹਾਂ ਉਸ ਨੂੰ ਦੱਸਦੇ ਹਾਂ ਤਾਂ ਕਹਿੰਦਾ ਇੰਜਨ ਕਿਵੇਂ ਕੰਮ ਕਰਦਾ ਹੈ ਇਸ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਉਸ ਨੂੰ ਦੱਸਿਆ ਜਾਂਦਾ ਹੈ ਅੱਤਰਾਵਰਸੋ ਦੁਆਰਾ ਲੇ ਕੂਰਵੇ ਕੈਰੈਕਟਿਸਟਿਕੇ ਸੋ ਜਿਹੜੇ ਕੂਰਵੇ ਉੱਪਰ ਨੀਚੇ ਜਾਂਦੇ ਹਨ ਦੀ ਕਾਪੀਆ ਔਰ ਦੀ ਪੋਟੈਂਸਾ ਫੇ ਕੂਰਵਿਆਂ ਦੁਆਰਾ ਅਸੀਂ ਡਿਸਕ੍ਰਾਈਬ ਕਰ ਸਕਦੇ ਹਾਂ ਅਸੀਂ ਇਸ ਨੂੰ ਕਹਿੰਦੇ ਨੇ ਕੂਰਵੇ ਕਰਤ੍ਰਿਸਤਿਕੇ ਦਲ ਮੋਟੋਰੇ ਸੋ ਜਿਹੜੇ ਇਹ ਮੋੜ ਹੁੰਦੇ ਨੇ ਇਹਨਾਂ ਦੇ ਜ਼ਰੀਏ ਅਸੀਂ ਦੱਸ ਸਕਦੇ ਹਾਂ ਕਿ ਇੰਜਨ ਕਿੱਦਾਂ ਕੰਮ ਕਰਦਾ ਹੈ ਮਤਲਬ ਇਹ ਪੋਤੈਂਸਾ ਮੈਕਸਿਮ ਹੈ ਇਸ ਤੋਂ ਉੱਪਰ ਨਹੀਂ ਜਾਣਾ ਇਸ ਤੋਂ ਉੱਪਰ ਜਾ ਹੀ ਨਹੀਂ ਸਕਦੇ ਔਰ ਇਹ ਇੱਕ ਸੈਂਟਰ ਬਿੰਦੂ ਹੈ ਜਿਸਕੇ ਅਗਰ ਅਸੀਂ ਨਜ਼ਦੀਕ ਰਹਾਂਗੇ ਤਾਂ ਗੱਡੀ ਸਾਡੀ ਸਹੀ ਐਵਰੇਜ ਦਿੰਦੀ ਹੈਗੀ ਆ ਤੋ ਇਸ ਕਰਕੇ ਇੱਕ ਕੂਰਵਿਆਂ ਦੇ ਰਾਹੀਂ ਇਹਨਾਂ ਦੇ ਜ਼ਰੀਏ ਹੀ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ ਦੇਖੋ ਵੱਖ-ਵੱਖ ਕੂਰਵੇ ਨੇ ਵੱਖ-ਵੱਖ ਮੋੜ ਨੇ ਜਿਨ੍ਹਾਂ ਜ਼ਰੀਏ ਅਸੀਂ ਦੱਸਦੇ ਹਾਂ ਦੇਰੋ 4 ਨੰਬਰ ਇਨ ਮੋਟੋਰੇ ਐਂਡੋਥਰਮਿਕੋ ਸੋ ਇੱਕ ਇੰਜਨ ਹੀਟ ਵਾਲਾ ਲੰਦਮੈਂਟੋ ਦੈਲਾ ਕੁਰਵਾ ਦੀ ਪੋਟੈਂਜ਼ਾ ਸੋ ਅੰਦਮੈਂਟੋ ਹੋ ਗਿਆ ਚਲਣਾ ਸੋ ਜਿਹੜਾ ਇਹ ਪਾਵਰ ਵਾਲਾ ਮੋੜ ਹੈ ਇਹ ਪਾਵਰ ਵਾਲਾ ਜਿਹੜਾ ਕੁਰਵਾ ਹੈ ਅਲ ਆਉਮਿੰਟਾਰੇ ਦੈਲ ਨੂਮੇਰੋ ਦੀ ਜੀਰੀ ਜਦੋਂ ਤੁਸੀਂ ਇੰਜਨ ਦੀ ਜਿਹੜੀ ਜੀਰੀ ਹਨ ਜਦੋਂ ਇਹ ਵਧਦੇ ਹਨ ਜਿੱਦਾਂ ਹੁਣ ਲਾ ਲਓ ਇਹ ਸ਼ੁਰੂ ਹੋਇਆ ਏ 600 ਜੇਰੀ ਤੋਂ 600 ਜੇਰੀ ਤੋਂ ਸ਼ੁਰੂ ਹੋਇਆ ਇਸ ਨੇ ਜਿੱਦਾਂ ਜਿੱਦਾਂ ਤੁਸੀਂ ਜੇਰੀ ਵਧਾਈ ਜਾਓਗੇ ਇਹਨੇ ਉੱਪਰ ਨੂੰ ਜਾਇ ਜਾਣਾ ਇਦਾਂ ਇਦਾਂ ਜਦੋਂ ਇੱਥੇ ਪਹੁੰਚ ਗਿਆ ਪੋਟੈਂਸਾ ਮੈਕਸੀਮਾ ਤੇ ਪਹੁੰਚ ਗਿਆ ਉਸ ਤੋਂ ਬਾਅਦ ਇਹਨੇ نیچے ਨੂੰ ਆਣਾ ਸ਼ੁਰੂ ਹੋ ਜਾਣਾ ਇਸ ਤੋਂ ਉੱਪਰ ਨਹੀਂ ਜਾ ਸਕਦਾ ਕਦੇ ਵੀ 1800 ਜੇਰੀ ਵਾਲੀ ਪੋਟੈਂਸਾ ਮੈਕਸੀਮਾ ਹੈ ਤੋ ਸਵਾਲ ਕਹਿੰਦਾ ਹੈ ਕਿ ਅਲ ਓਮਿੰਤਾਰੇ ਦਲ ਨੂmero ਦੀ ਜੀਰੀ ਜਦ ਤੁਸੀਂ ਉਸ ਦੀ ਜੀਰੀ ਵਧਾ ਦੋਗੇ 600 700 800 900 1100 1200 ਤੇ 1800 ਦਾ ਪ੍ਰੀਮਾ ਕ੍ਰੈਸ਼ੈਂਤੇ ਤੋ ਪਹਿਲੇ ਇਹ ਉੱਪਰ ਨੂੰ ਜਾਏਗਾ ਜਿੱਦਾਂ ਇੱਕ ਕਾਪੀਆ ਮੈਕਸਿਮਾ ਉੱਪਰ ਨੂੰ ਜਾਂਦਾ ਹੈ ਰਜੁੰਜੇ ਰਜੁੰਜੇ ਦਾ ਮਤਲਬ ਹੈ ਪਹੁੰਚ ਜਾਂਦਾ ਹੈ ਉਮਵਲੋਰੇ ਮੈਕਸਿਮੋ ਤੋ ਇਹਦਾ ਇੱਕ ਮੈਕਸਿਮਮ ਲੈਵਲ ਹੈ 1800 ਜੀਰੀ ਤੱਕ ਦਾ ਜਿੱਦਾਂ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਤੋ ਇਸ ਨੇ ਮੈਕਸਿਮਮ ਇੱਥੇ ਤੱਕ ਪਹੁੰਚਣਾ ਹੈ ਉਸ ਤੋਂ ਬਾਅਦ ਇਹ ਪੋਈ ਡਿਕ੍ਰੀਸ ਹੋਰ ਫਿਰੇ نیچے ਆਣਾ ਸ਼ੁਰੂ ਹੋ ਜਾਂਦਾ ਹੈ ਤੋ ਅਗਰ ਆਪਾਂ ਗੱਲ ਕਰੀਏ ਕਾਪੀਆ ਦੀ ਅਗਰ ਆਪਾਂ ਗੱਲ ਕਰੀਏ ਪੋਟੈਂਸ ਦੀ ਨਾ ਦੋਨਾਂ ਦਾ ਹੀ ਇੱਕ ਇੱਕ ਰਿਕਾਰਡ ਹੈ ਇੱਕ ਇਹਨਾਂ ਦਾ ਮਤਲਬ ਕੂਰਵੇ ਹਨ ਜਿਹੜੇ ਪਹਿਲਾਂ ਉੱਪਰ ਨੂੰ ਜਾਣਗੇ ਕ੍ਰੈਸ਼ਨ ਤੇ ਫਿਰ ਇੱਕ ਲੈਵਲ ਪਹੁੰਚਣ ਤੋਂ ਬਾਅਦ 1800 ਜੀਰੀ ਵਾਲਾ ਜਾਂ 1200 ਜੀਰੀ ਵਾਲਾ ਉਸ ਤੋਂ ਬਾਅਦ ਇਹ ਨੀਚੇ ਨੂੰ ਆਣਾ ਸ਼ੁਰੂ ਹੋ ਜਾਂਦੇ ਨੇ ਉੱਥੇ ਵੇਰੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਵਾਲ ਨੰਬਰ 5 ਲਾ ਕੁਰਵਾ ਦੀ ਪੋਟੈਂਸਾ ਦੀ ਉਹ ਮੋਟਰ ਐਂਡੋਥਰਮਿਕੋ ਸੋ ਇੱਕ ਇੰਜਨ ਜਿਹੜਾ ਹੀਟ ਪੈਦਾ ਕਰਦਾ ਹੈ ਜਿਹੜੇ ਉਹਦੇ ਕੂਰਵੇ ਹੁੰਦੇ ਨੇ ਜਿਹੜੇ ਉਹਦੇ ਮੋੜ ਹੁੰਦੇ ਨੇ ਡਿਸਕ੍ਰਾਈਵ ਇਹ ਲਿਖਦਾ ਹੈ ਡਿਸਕ੍ਰਾਈਬ ਕਰਦਾ ਹੈ ਸਾਨੂੰ ਦੱਸਦਾ ਹੈ ਇਲ ਬਲੋਰੇ ਡੇਲਾ ਪੋਟੈਂਜ਼ਾ ਇੱਕ ਵੈਲਿਊ ਜੋ ਪਾਵਰ ਦੀ ਇੱਕ ਵੈਲਿਊ ਹੁੰਦੀ ਹੈ ਅਲ ਵਰੀਆਰੇ ਜੋ ਬਦਲਦੀ ਰਹਿੰਦੀ ਹੈ ਜੋ ਚੇਂਜ ਹੁੰਦੀ ਰਹਿੰਦੀ ਹੈ ਦਿਲ ਨੂਮੇਰੋ ਡਿਜੀਰੀ ਸੋ ਉਮੀਦ ਕਰਦਾ ਇਹਨੇ ਸਵਾਲ ਪੜ੍ਹਨ ਤੋਂ ਬਾਅਦ ਇਹ ਤਾਂ ਸਾਨੂੰ ਤੁਹਾਨੂੰ ਪਤਾ ਚੱਲ ਚੁੱਕਿਆ ਹੈ ਕਿ ਪਾਵਰ ਜਿਹੜੀ ਹੁੰਦੀ ਹੈ ਸਵਾਲ 'ਚ ਇਹ ਕਿਹਾ ਗਿਆ ਹੈ ਕਿ ਜਿਹੜੀ ਜਿਹੜੀ ਇਹ ਮਤਲਬ ਹੁਣ ਮੈਂ ਇੱਥੇ ਪਹੁੰਚਿਆ ਹਾਂ ਐਗਜ਼ਾਮਪਲ ਤੁਹਾਨੂੰ ਸੌਖਾ ਸਮਝ ਆ ਜਾਏ ਕਿ ਮੈਂ ਉਸ ਵਕਤ ਇੱਥੇ ਹਾਂ ਇੱਥੇ ਹਾਂ ਇਸ ਕਰਕੇ ਜਿਹੜੀ ਉਸ ਵਕਤ ਜਿਹੜੀ ਜੀਰੀ ਹੋਏਗੀ ਤਕਰੀਬਨ ਉਦੋਂ ਮੇਰੀ 1500 ਹੋਏਗੀ ਮੈਂ ਇੱਥੇ ਹਾਂ ਜੀਰੀ ਮੇਰੀ 1700 ਹੋਏਗੀ ਸੋ ਕਹਿਣ ਦਾ ਮਤਲਬ ਜੇ ਮੈਂ ਇੱਥੇ ਹਾਂ ਇੱਥੇ ਹਾਂ ਤੇ ਜੀਰੀ ਮੇਰੀ ਤਕਰੀਬਨ 1900 ਹੋਏਗੀ ਅਲਵਰੀਆਰ ਮਤਲਬ ਬਦਲਣਾ ਦਿਲ ਨੂੰ ਮੇਰੋ ਦੀ ਜੀਰੀ ਜਿੱਦਾਂ ਜਿੱਦਾਂ ਇਹ ਨੂਮੇਰੋ ਦੀ ਜੀਰੀ ਥਾਲੋ ਬਦਲਦੇ ਰਹਿਣਗੇ ਉੱਪਰ ਨੀਚੇ ਉੱਪਰ ਨੀਚੇ ਉੱਪਰ ਨੀਚੇ ਜਾਂਦੇ ਰਹਿਣਗੇ ਓਦਾਂ ਓਦਾਂ ਹੀ ਜਿਹੜਾ ਪੋਟੈਂਸਾ ਮੈਸੀਮਾ ਹੈ ਉਹ ਕੰਮ ਕਰਦਾ ਹੈ ਸੋ ਇਹ ਪੋਟੈਂਸਾ ਮੈਸੀਮਾ ਉਹ ਇਸ ਤਰੀਕੇ ਨਾਲ ਕੰਮ ਕਰਦਾ ਸੋ ਮੇਰੀ ਇਹ ਸਾਰਿਆਂ ਨੂੰ ਸਲਾਹ ਹੈ ਕਿ ਤੁਸੀਂ ਉਹਨਾਂ ਟਰੱਕਾਂ ਵਾਲੇ ਹੋ ਜਾਣਾ ਹੈ ਕਿ ਤਕਰੀਬਨ ਕੋਪੀਆ ਮਾਸੀਮਾ ਦੇ ਨਜ਼ਦੀਕ ਆਪਣੀ ਜਿਹੜੀ ਹੈ ਉਹ ਜੀਰੀ ਰੱਖਣੀ ਚਾਹੀਦੀ ਹੈ 1200 1100 ਕੌਨਸੀ ਯਾਬਿਲੀ ਹੈ 1100 ਤੋਂ ਲੈ ਕੇ ਤਕਰੀਬਨ 1450 1500 ਤੱਕ ਤਾਂ ਕਿ ਤੁਹਾਨੂੰ ਸਹੀ ਐਵਰੇਜ ਗੱਡੀ ਦੀ ਮਿਲ ਸਕੇ ਵੇਰੋ ਤੋਂ ਮੀਲ ਕਰਦਾ ਅੱਜ ਦੀ ਇਹ ਕਲਾਸ ਭਾਵੇਂ ਆਪਾਂ ਜੁੜੇ ਸਵਾਲ ਪੜੇ ਨੇ ਮਤਲਬ ਮੇਰਾ ਮਕਸਦ ਹੁੰਦਾ ਕਿ ਤੁਹਾਨੂੰ ਪ੍ਰੋਪਰ ਇੱਕ ਇੱਕ ਚੀਜ਼ ਬੋਲ-ਬੋਲ ਕੇ ਵੀਡੀਓ ਲੈਸਨ ਦੇ ذریعے ਯੋ ਕੱਲਾ-ਕਲਾ ਗ੍ਰਾਫ ਬਣਾ ਕੇ ਸਮਝਾਵਾਂ ਕੱਲੇ ਸਵਾਲ ਪੜਨ ਤੇ ਮੈਨੂੰ ਹੀ ਮਜ਼ਾ ਨਹੀਂ ਆਉਂਦਾ ਤੇ ਨਾ ਤੁਹਾਨੂੰ ਉਮੀਦ ਕਰਦਾ ਸਮਝਣ ਚ ਮਜ਼ਾ ਆਏਗਾ ਜੋ ਜਿੰਨੇ ਸਵਾਲ ਪੜਨੇ ਮੈਨੂੰ ਲੱਗਦਾ ਕਿ ਅਗਰ ਕੱਲੂ ਤੁਹਾਨੂੰ ਕੋਈ ਟਾਲਿੰਗ ਪੁੱਛਦਾ ਹੈ ਕਿ ਕੀ ਹੁੰਦਾ ਹੈ ਕੋਪੀਆ ਮਕਸੀਮਾ ਤੁਸੀਂ ਕਹਿ ਸਕਦੇ ਹੋ ਕੋਪੀਆ ਮਕਸੀਮਾ ਇੱਕ ਐਸਾ ਪੁਆਇੰਟ ਹੈ ਜਿੱਥੇ ਸਾਨੂੰ ਸਹੀ ਐਵਰੇਜ ਮਿਲਦੀ ਹੈ ਔਰ ਇਹ 1200 ਜੀਰੀ ਤੇ ਜਾ ਕੇ ਸਾਨੂੰ ਮਿਲਦਾ ਹੈ ਕੀ ਹੁੰਦਾ ਹੈ ਪੋਟੈਂਸਾ ਮੈਸੀਮਾ ਪੋਟੈਂਸਾ ਮੈਸੀਮਾ ਕਿ ਐਸੀ ਪਾਵਰ ਹੈ ਜਿਹੜੀ ਇੱਕ ਵੱਧ ਤੋਂ ਵੱਧ ਪੁਆਇੰਟ ਹੈ ਜਿੱਥੇ نیچے ਅਗਰ ਝਾਤੀ ਮਾਰੀਏ ਤਾਂ ਉਸ ਵਕਤ ਮੈਂ 1800 ਜੀਰੀ ਤੇ ਹਾਂ ਜਦੋਂ ਤੁਸੀਂ 1800 ਤੇ 1900 ਜੀਰੀ ਤੱਕ ਪਹੁੰਚ ਜਾਂਦੇ ਹੋ ਤੇ ਪੋਟੈਂਸਾ ਮੈਸੀਮਾ ਨੀਚੇ ਨਵਾਣਾ ਸ਼ੁਰੂ ਹੋ ਜਾਂਦਾ ਹੈ ਸੋ ਅਗਰ ਤੁਸੀਂ ਸਹੀ ਐਵਰੇਜ ਲੈਣੀ ਹੈ ਤਾਂ ਸਾਨੂੰ ਕੋਪੀਆ ਮੈਸੀਮਾ ਦੇ ਨਜ਼ਦੀਕ ਰਹਿਣਾ ਚਾਹੀਦਾ ਹੈ ਉਮੀਦ ਕਰਦਾ ਇਹ ਪਹਿਲੀ ਕਲਾਸ ਇਹ ਅੱਜ ਦਾ ਲੈਸਨ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗਿਆ ਹੋਵੇਗਾ ਸੋ ਸਾਡਾ ਇਸੇ ਤਰੀਕੇ ਨਾਲ ਸਾਰੇ ਦਾ ਸਾਰਾ ਚੀਕੂ ਚੀਕੋਰਸ ਤੁਹਾਨੂੰ ਕਰਵਾਇਆ ਜਾਏਗਾ 파르ਤੇ ਕਮੂਨੇ 파르ਤੇ ਮਰਚੀ ਔਰ ਜਿਨ੍ਹਾਂ ਨੇ ਬਸ ਦਾ ਲੈਣਾ ਹੈ 파르ਤੇ ਪੈਸੋ ਨੇ ਸੋ ਮਿਲਦੇ ਹਾਂ ਅਗਲੀ ਕਲਾਸ ਵਿੱਚ ਕੁਝ ਨਵਾਂ ਲੈ ਕੇ ਕੁਝ ਵਧੀਆ ਲੈ ਕੇ ਔਰ ਦਿਲੋਂ ਮਤਲਬ ਮੈਂ ਬੜਾ ਖੁਸ਼ ਹੁੰਨਾ ਜਦੋਂ ਮੈਂ ਚੀਜ਼ਾਂ ਸਮਝਾਉਣਾ ਕਿਉਂਕਿ ਮੇਰਾ ਪ੍ਰੋਫੈਸ਼ਨ ਹੈ ਮੇਰਾ ਕੰਮ ਹੈ ਸੋ ਮੈਂ ਦਿਨੋਂ ਕਰਦਾ ਹਾਂ ਉਮੀਦ ਕਰਦਾ ਤੁਸੀਂ ਵੀ ਜਦੋਂ ਹੁਣੇ ਲਾਇਸੈਂਸ ਲੈਣ ਤੋਂ ਬਾਅਦ ਟਰੱਕ ਤੇ ਚੜੋਗੇ ਤਾਂ ਕੱਲੇ ਸਵਾਲਾਂ ਦਾ ਰੱਟਾ ਨਾ ਵੱਜਿਆ ਹੋਵੇ ਪਤਾ ਹੋਵੇ ਵੀ ਜੀਰੀ ਕਿਹੜੀ ਹੁੰਦੀ ਹੈ ਥੈਂਕ ਯੂ ਸਰਾਂ ਦਾ ਮਿਲਦੇ ਆਪਾਂ ਅਗਲੀ ਕਲਾਸ ਚ ਥੈਂਕ ਯੂ